ਇਹ ਪ੍ਰੋਗਰਾਮ ਪ੍ਰਾਈਮੇਸ਼ੀਆ ਟੀਵੀ ਦੀ ਪ੍ਰਾਪਰਟੀ ਹੈ ਇਸ ਦੇ ਕੰਟੈਂਟ ਨੂੰ ਆਡੀਓ ਜਾਂ ਫਿਰ ਵੀਡੀਓ ਰੂਪ ਵਿੱਚ ਚੋਰੀ ਕਰਕੇ YouTube, Facebook ਜਾਂ ਹੋਰ ਕਿਸੇ ਮਾਧਿਅਮ ਰਾਹੀਂ ਵਰਤਨਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰਾਈਮਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ ਪ੍ਰਾਈਮ ਟਾਈਮ ਵਿਦ ਬੈਣੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਅੱਜ ਅਸੀਂ ਉਸ ਆਵਾਜ਼ ਨੂੰ ਉਸ ਸ਼ਖਸੀਅਤ ਨੂੰ ਉਸ ਅਦਾਕਾਰ ਨੂੰ ਤੁਹਾਡੇ ਰੂਬਰੂ ਕਰਨ ਦਾ ਮਾਣ ਪ੍ਰਾਪਤ ਕਰ ਰਹੇ ਹਾਂ ਜਿਸ ਨੇ ਇੱਕ ਨਹੀਂ ਸਗੋਂ ਕਈ ਦਹਾਕਿਆਂ ਤੋਂ ਪੰਜਾਬੀ ਫਿਲਮ ਇੰਡਸਟਰੀ ਤੇ ਰਾਜ ਕੀਤਾ ਹੋਇਆ ਹੈ ਤੇ ਕਰ ਰਹੇ ਨੇ ਸਿਰਫ ਪੰਜਾਬੀ ਇੰਡਸਟਰੀ ਵਿੱਚ ਨਹੀਂ ਬਾਲੀਵੁੱਡ ਵਿੱਚ ਵੀ ਉਹਨਾਂ ਦੀ ਤਾਕ ਹੈ ਉਹ ਬੋਲਦੇ ਐ ਤੇ ਕਮਾਲ ਹੋ ਜਾਂਦੀ ਐ ਸ਼ਬਦ ਉਹਨਾਂ ਦੇ ਮੂੰਹ ਤੇ ਚੜ ਕੇ ਇੰਝ ਹੁੰਦਾ ਜਿਵੇਂ ਆਮਰ ਹੋ ਗਏ ਹੋਣ ਜਿਸ ਰੋਲ ਦੇ ਵਿੱਚ ਵੀ ਉਹ ਆਏ ਨੇ ਉਹਨਾਂ ਨੂੰ ਵੀ ਫਿੱਟ ਬੈਠਿਆ ਅਤੇ ਪੰਜਾਬੀਆਂ ਦੀ ਵੀ ਮੋਟਾ ਮੇਚ ਆਇਆ ਗੱਲ ਅਣਖ ਜੱਟਾਂ ਦੀ ਕਰਾਂ ਬਦਲਾ ਜੱਟੀ ਦਾ ਕਰਾਂ ਕੁਰਬਾਨੀ ਦੀ ਕਰਾਂ ਜਾਂ ਫਿਰ ਬਟਵਾਰੇ ਦੀ ਕਰਾਂ ਕੱਚੇ ਧਾਗੇ ਦੀ ਕਰਾਂ ਟਾਈਗਰ ਦੀ ਕਰਾਂ ਭਾਗ ਮਿਲਖਾ ਭਾਗ ਦੀ ਕਰਾਂ ਗੋਰੀਆਂ ਨੂੰ ਦਫਾ ਕਰੋ ਦੀ ਕਰਾਂ ਗ੍ਰੇਡ ਸਰਦਾਰ ਦੀ ਕਰਾਂ ਤੇ ਜਾਂ ਫਿਰ ਹੋਰ ਬਹੁਤ ਸਾਰੀਆਂ ਫਿਲਮਾਂ ਉਹ ਉਹਨਾਂ ਦੇ ਹਿੱਸੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਬਲਬੂਤੇ ਆਪਣੀ ਕਿਰਦਾਰ ਨੂੰ ਬਾਖੂ ਬੀ ਨਵਾਇਆ ਉਹ ਪੰਜਾਬੀਆਂ ਦਾ ਇੱਕ ਮਾਨਮਤਾ ਅਦਾਕਾਰ ਹੈ ਇੱਕ ਕ੍ਰਿਪਟਰ ਹੈ ਕਮਾਲ ਦੀ ਸ਼ਖਸੀਅਤ ਨੇ ਜਿਸ ਰੋਲ ਦੇ ਵਿੱਚ ਵੀ ਆਉਂਦੇ ਨੇ ਉਸ ਤੇ ਵਿੱਚ ਜਾਨ ਫੂਕ ਦਿੰਦੇ ਨੇ ਰੂਹ ਪਾ ਦਿੰਦੇ ਨੇ ਤੇ ਅੱਜ ਸਾਡੇ ਸਟੂਡੀਓ ਦੇ ਲਾਟੂ جگਮਗਾ ਰਹੇ ਨੇ ਅਸੀਂ ਆਪਣੇ ਆਪ ਨੂੰ ਸੁਪਾਕੇ ਸਮਝ ਰਹੇ ਹਾਂ ਕਿ ਸਾਡੇ ਸੱਦੇ ਨੂੰ ਕਬੂਲ ਕਰਦੇ ਹਾਂ ਜਦੋਂ ਉਹ ਵੈਨਕੂਵਰ ਆਏ ਤਾਂ ਸਾਡੇ ਸਟੂਡੀਓ ਦੇ ਵਿੱਚ ਵੀ ਆਏ ਨੇ ਅੱਜ ਉਹਨਾਂ ਦੇ ਨਾਲ ਕੁਝ ਪਲ ਸਾਂਝੀਆਂ ਗੱਲਾਂ-ਬਾਤਾਂ ਕਰਨ ਦਾ ਸਬੱਬ ਮਿਲਿਆ ਆਓ ਇਸ ਗੱਲਬਾਤ ਨੂੰ ਤੁਹਾਡੇ ਰੂਬਰੂ ਕਰੀਏ ਅਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੀਆਂ ਨੂੰ ਆਖੀਏ ਉਹਨਾਂ ਦਾ ਸਵਾਗਤ ਕਰੀਏ ਮੇਰੀ ਮੁਰਾਦ ਹੈ ਪੰਜਾਬੀਆਂ ਦੇ ਯੋਗਰਾਜ ਸਿੰਘ ਤੋਂ ਜੀਆਂ ਨੂੰ ਜੀ ਸਵਾਗਤ ਹੈ ਤੁਹਾਡਾ ਵੈਰੀ ਪਾਲ ਸਾਹਿਬ ਸਭ ਤੋਂ ਪਹਿਲਾਂ ਮੇਰੇ ਦਰਸ਼ਕੋ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਕਬੂਲ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਕਾਲਪੁਰਖ ਦੀ ਕਿਰਪਾ ਹੈ ਉਹਦੀ ਵਡਿਆਈ ਹੈ ਉਹਦਾ ਤਰਸ ਹੈ ਉਹਦੀ ਰਹਿਮਤ ਹੈ ਕਿ ਮੇਰੇ ਅੱਗੇ ਬੰਦੇ ਨੂੰ ਵੀ ਮੌਕਾ ਮਿਲਿਆ ਪ੍ਰਾਈਮ ਏਸ਼ੀਆ ਟੀਵੀ ਤੇ ਗੱਲ ਕਰਨ ਦਾ ਤੁਸੀਂ ਮੈਨੂੰ ਬੁਲਾਇਆ ਮੈਂ ਬੜ ਭਾਗੀ ਹਾਂ ਤਨ ਭਾਗ ਨੇ ਮੇਰੇ ਮੈਨੂੰ ਅਕਾਲਪੁਰਖ ਨੇ ਕਿਰਪਾ ਕੀਤੀ ਹੈ ਕਿ ਮੈਂ ਤੁਹਾਡੇ ਕੋਲ ਬੈਠਾ ਮੈਨੇਪਾਲ ਜੀ ਸ਼ਾਇਦ ਇਹੋ ਜਿਹੇ ਪਲ ਤਾਹੀ ਮਰਦ ਨਹੀਂ ਜਦ ਕਾਲਪੁਰਕ ਤੋਂ ਦੇ ਮਿਹਰਬਾਨ ਹੋ ਗਏ ਬਹੁਤ ਸਾਹਿਬ ਹੱਥ ਵੜਿਆਈਆਂ ਜਿਸ ਭਾਵ ਹੈ ਤਿਸ ਦੇ ਸਾਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਸ਼ੁਕਰਮਾਰ ਯੋਗਰਾ ਸਿੰਘ ਜੀ ਭਾਵੇਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ ਤੁਹਾਡੀ ਅਦਾਕਾਰੀ ਉਹ ਲੋਕਾਂ ਦੇ ਸਿਰ ਚੜ ਚੜ ਕੇ ਬੋਲਦੀ ਹੈ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਕ੍ਰਿਕਟ ਜਗਤ ਦੇ ਬਾਬਤ ਬਹੁਤ ਸਾਰੀਆਂ ਗੱਲਾਂ ਬਾਤਾਂ ਲੋਕ ਭਲੀ ਭਾਂਤ ਜਾਣਦੇ ਐ ਪਰ ਕੁਝ ਕਿਸ ਤਰ੍ਹਾਂ ਦੇ ਵੀ ਹੋਣਗੇ ਜਿਹੜੀਆਂ ਉਹ ਗੱਲਾਂ ਬਾਤਾਂ ਤੋਂ ਹਾਲੇ ਜਾਣੂ ਨਹੀਂ ਨੇ ਆਪਾਂ ਪਰਦੇ ਚੁੱਕਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਅੱਜ ਜਦੋਂ ਮੈਂ ਦੱਸਿਆ ਕਿ ਅਸੀਂ ਯੋਗਰਾਜ ਸਿੰਘ ਉਹਨਾਂ ਨਾਲ ਗੱਲਬਾਤ ਕਰਨੀ ਹੈ ਸੋ ਬਹੁਤ ਸਾਰੇ ਲੋਕ ਸਾਨੂੰ ਉਹ ਪੁੱਛਦੇ ਸਨ ਕਿ ਯੋਗਰਾਜ ਸਿੰਘ ਉਹਨਾਂ ਦਾ ਅਸਲ ਨਾਮ ਯੋਗਰਾਜ ਸਿੰਘ ਸੀ ਇਹ ਪਦਾਇਸ਼ੀ ਨਾਮ ਹੈ ਇਹ ਫਿਲਮੀ ਨਾਮ ਹੈ ਸ਼ੁਰੂਆਤ ਇੱਥੋਂ ਹੀ ਕਰਾਂਗੇ ਕਿਤਾਬ ਖੁੱਲੀ ਹੈ ਜੀ ਜਿੱਥੋਂ ਮਰਜ਼ੀ ਸ਼ੁਰੂ ਕਰ ਲਿਓ ਜੀ ਪਰ ਜਿਹੜਾ ਕਿੱਸਾ ਮੈਂ ਥੋੜਾ ਜਿਹਾ ਸੁਣਾਉਣ ਲੱਗਿਆ ਉਹ ਇਸ ਤਰ੍ਹਾਂ ਦਾ ਹੈ ਜੀ ਕੇ ਰਾੜੇ ਵਾਲੇ ਸੰਤਾਂ ਦੀ ਸੰਤੀ ਸਰ ਸਿੰਘ ਹੋਣਾ ਦੀ ਕਿਰਪਾ ਹੋਈ ਤਾਂ ਮੇਰਾ ਜਨਮ ਹੋਇਆ ਉਹਨਾਂ ਨੇ ਮੇਰੇ ਮਾਤਾ ਜੀ ਨੂੰ ਆਖਿਆ ਵੀ ਬਾਬਾ ਦੀਪ ਸਿੰਘ ਜੀ ਦਾ लाडला ਸਿੰਘ ਤੁਹਾਡੀ ਝੋਲੀ ਪਾਉਣ ਲੱਗਿਆ ਕਿਉਂਕਿ ਤੁਸੀਂ ਗੁਰੂ ਘਰ ਦੀ ਬੜੀ ਸੇਵਾ ਕੀਤੀ ਹੈ ਗੁਰੂ ਘਰ ਹੱਥ ਵੜਿਆਈਆਂ ਕਿਰਪਾ ਹੈ ਇਹ ਨਾਮ ਵੀ ਮੇਰਾ ਗੁਰੂ ਘਰ ਦਾ ਹੀ ਦਿੱਤਾ ਹੋਇਆ ਹੈ ਅੱਛਾ ਜੀ ਯੋਗ ਰਾਜ ਸਿੰਘ ਇਹ ਵੀ ਸੰਤਾਂ ਦਾ ਹੀ ਨਾਮ ਦਿੱਤਾ ਹੋਇਆ ਹੈ ਛੋਟਾ ਨਾ ਮੇਰਾ ਡਿੰਪਲ ਹੈ ਕਿਉਂਕਿ ਛੋਟੇ ਹੁੰਦੇ ਕਹਿੰਦੇ ਮੈਂ ਬੜਾ ਸੋਹਣਾ ਸਮਕਾ ਡਿੰਪਲ ਫੈਂਦੇ ਸੀ ਡਿੰਪਲ ਫੈਂਦੇ ਸੀ ਤੇ ਲੋਕੀ ਵੀ ਉਹਨੂੰ ਕਹਿੰਦੇ ਸੀ ਵੀ ਇਹ ਡਿੰਪਲ ਹੈ ਮੇਰੀ ਮਾਂ ਮੈਨੂੰ ਡਿੰਪਲ ਕਹਿ ਕੇ ਬੁਲਾਉਂਦੀ ਹੁੰਦੀ ਸੀ ਤੇ ਮੇਰੇ ਪਿਤਾ ਜੀ ਮੈਨੂੰ ਯੋਗ ਕਹਿ ਕੇ ਬੁਲਾਉਂਦੇ ਹੁੰਦੇ ਸੀ ਅਚਾ ਇਰਾਨ ਤੋਂ ਆ ਗਿਆ ਜੀ ਰਾਜ ਇਹ ਸਾਰਾ ਕੁਝ ਹੀ ਰਾਜ ਯੋਗ ਜਿਵੇਂ ਮਿਲਦਾ ਜਦ ਗੁਰੂਆਂ ਦੀ ਪੀਰਾਂ ਦੀ ਤੁਹਾਡੇ ਥਾਪਾ ਹੁੰਦੀ ਹੈ ਤਾਂ ਫਿਰ ਉਹ ਯੋਗ ਰਾਜ ਤੇ ਰਾਜ ਯੋਗ ਕੋਈ ਹੁੰਦਾ ਤੇ ਨਾਲ ਸਿੰਘ ਮੇਰੇ ਦਸਵੇਂ ਪੀਛਾ ਨੇ ਮੇਰੇ ਗੁਰੂਆਂ ਨੇ ਬਣਾਇਆ ਉਹਨਾਂ ਨੇ ਲਾਇਆ ਔਰ ਉਹਨਾਂ ਦੇ ਸਦਕੇ ਹੀ ਮੇਰੇ ਵੱਡ ਬਡੇਰਿਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਮੇਰੇ ਬਾਬਾ ਜੀ ਮੇਰੇ ਸ਼ਹੀਦ ਮੇਰੇ ਗੁਰੂ ਮੇਰੇ ਪੀਰ ਪਗੰਬਰ ਦੇਵੀ ਦੇਵਤੇ ਇਹੀ ਮੇਰਾ ਪਰਿਵਾਰ ਹੈ ਇਹਨਾਂ ਚੋਂ ਮੈਂ ਆਇਆ ਤੇ ਬਸ ਇਹਨਾਂ ਚ ਮੈਂ ਇੱਕ ਦਿਨ ਵਾਪਸ ਚਲੇ ਜਾਣਾ ਬਿਲਕੁਲ ਆ ਮੈਂ ਇਸ ਤੋਂ ਪਹਿਲਾਂ ਕਿ ਤੁਹਾਡੇ ਅਦਾਕਾਰੀ ਵਾਲੇ ਪਾਸੇ ਨੂੰ ਆਈਏ ਮੈਂ ਜਾਨਣਾ ਚਾਹਾਂਗਾ ਕਿ ক্রিকেট ਵੀ ਤੁਸੀਂ ਖੇਡੀ ਹੈ ਬਹੁਤ ਸਾਰੇ ਲੋਕ ਕਹਿੰਦੇ ਕਿ ਸੱਟ ਲੱਗਣ ਦੀ ਵਜ੍ਹਾ ਸੀ ਕਈ ਲੋਕ ਕਹਿੰਦੇ ਸਨ ਕਿ ਤੁਹਾਡੀ ਬੋਤਿਆਂ ਨਾਲ ਬਣਦੀ ਨਹੀਂ ਸੀ ਅਸਲੀਅਤ ਕੀ ਹੈ ਪਹਿਲੀ ਗੱਲ ਤਾਂ ਵੇ ਬਾਬਾ ਦੀਪ ਸਿੰਘ ਜੀ ਦੇ ਦੋ ਤਾਰੀ ਖੰਡੇ ਤੋਂ ਪੈਦਾ ਹੋਇਆ ਹੋਵੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦਾ ਸੁਪੁੱਤਰ ਹਮ ਤੇ ਗੁਰੂਆਂ ਦਾ ਖੂਨ ਚੱਲਦਾ ਹੋਵੇ ਤੇ ਉਹ ਹਰੇਕ ਦਰ ਤੇ ਸਿਰ ਨਹੀਂ ਝੁਕਦਾ ਜੀ ਝੁਕਦਾ ਆਪਣੇ ਗੁਰੂ ਦੇ ਸਾਹਮਣੇ ਝੁਕਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਝੁਕਦਾ ਸਾਰੇ ਧਰਮਾਂ ਦੇ ਸਾਹਮਣੇ ਜੋ ਮੇਰੇ ਗੁਰੂ ਦਾ ਹੁਕਮ ਹੈ ਸ਼ਾਇਦ ਇਹੀ ਇੱਕ ਵਜੇ ਸੀ ਬੈਨੀਪਾਲ ਜੀ ਕਿ ক্রিকেট ਦੇ ਵਿੱਚ ਮੈਂ ਸਾਰਿਆਂ ਦੇ ਗੋਡੇ ਹੱਥ ਨਹੀਂ ਲਾ ਸਕਿਆ ਮੈਂ ਹੱਥ ਜੋੜ ਕੇ ਐ ਨਹੀਂ ਕਰ ਸਕਿਆ ਕਿ ਮੈਂ ਮੈਨੂੰ ਖੜਾ ਲਓ ਜੀ ਕਰ ਲਓ ਜੀ ਸਚਾਈ ਦੇ ਤੌਰ ਤੇ ਚੱਲੇ ਆ ਸਚਾਈ ਦੇ ਤੌਰ ਤੇ ਜ਼ਿੰਦਗੀ ਚ ਜੀਣੀ ਹੈ ਸਚਾਈ ਦੇ ਤੌਰ ਤੇ ਮਰ ਜਾਣਾ ਹੈ ਭਾਵਾਂ ਕੋ ਨਾਲ ਚੱਲੇ ਤੇ ਭਾਵਾਂ ਕੋ ਨਾਲ ਨਾ ਚੱਲੇ ਗੁਰੂ ਦਾ ਹੁਕਮ ਹੈ ਔਰ ਜਦ ਸ਼ੇਰ ਜੰਗਲ ਚ ਦਿਹਾੜਦਾ ਹੈ ਚੱਲਦਾ ਹੈ ਤਾ ਫਿਰ ਜਾਨਵਰ ਤਤਰ ਮਿੱਤਰ ਹੋ ਜਾਂਦੇ ਨੇ ਤੇ ਜੱਟ ਫਿਰ ਕੱਲਾ ਹੀ ਤੁਰਿਆ ਜਾਂਦਾ ਰੌਲਾ ਸਿਰਫ ਇਹ ਸੀ ਕੁਝ ਲੋਕ ਕੁਝ ਲੋਕ ਹਮੇ ਪਸੰਦ ਨਹੀਂ ਹੈ ਔਰ ਕੁਝ ਲੋਕੋ ਕੋ ਹਮ ਪਸੰਦ ਨਹੀਂ ਹੈ ਮੈਨੂੰ ਝੂਠਾ ਤੇ ਜਿਹੜਾ ਟੋਪੀ ਮਾਸਟਰ ਤੇ ਜਿਹੜਾ ਇਧਰ ਉਧਰ ਦੀਆਂ ਚੁਗਲੀਆਂ ਤੇ ਗਲਤ ਗੱਲਾਂ ਕਰਦਾ ਬੰਦਾ ਪਸੰਦ ਨਹੀਂ ਬੇਸ਼ੱਕ ਉਹ ਪ੍ਰਧਾਨ ਮੰਤਰੀ ਹੋਵੇ ਬੇਸ਼ੱਕ ਉਹ ਪ੍ਰੈਜ਼ੀਡੈਂਟ ਹੋਵੇ ਤੇ ਦੁਨੀਆ ਦਾ ਕੋਈ ਵੀ ਬੰਦਾ ਹੋਵੇ ਇਹ ਗੱਲ ਕਿੱਥੇ ਤੱਕ ਜਾਇਜ਼ ਹੈ ਕਹਿੰਦੇ ਸੱਟ ਲੱਗ ਗਈ ਇਸ ਕਰਕੇ ਕ੍ਰਿਟ ਜਗਤ ਉਹਨਾਂ ਨੂੰ ਬਾਹਰ ਕਰ ਦਤਾ ਉਹਨੇ ਇਹ ਵੀ ਗੱਲਾਂ ਨੇ ਕਈ ਲੋਕਾਂ ਨੂੰ ਐ ਲੱਗਦਾ ਵੀ ਯੋਗਰਾਜ ਸਿੰਘ ਬੋਲਦਾ ਬੜਾ ਦਬੰਗ ਹੈ ਇਹੋ ਜ ਝੂਠੀਆਂ ਗੱਲਾਂ ਸ਼ੁਰੂ ਕਰਦੇ ਹੋ ਗੱਲ ਕੁਝ ਵੀ ਨਹੀਂ ਗੱਲ ਕਪਿਲਦੇਵ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਬਚਪਨ ਦਾ ਯਾਰ ਸੀ ਮੇਰਾ ਪਿਓ ਕਹਿੰਦਾ ਹੁੰਦਾ ਸੀ ਕਹਿੰਦਾ ਓ ਝਾਂਗੀਆਂ ਇਹ ਕਿਸੇ ਤੇ ਬਣਦੇ ਨਹੀਂ ਹੁੰਦੇ ਪਰ ਚਲੋ ਮੈਂ ਆਪਣੇ ਮਾਤਾ ਪਿਤਾ ਦੀ ਇੱਕ ਦੋ ਗੱਲਾਂ ਨਹੀਂ ਮਣੀ ਇਸ ਕਰਕੇ ਵਾਹ ਜਿੰਦਗੀ ਧੱਕੇ ਵੀ ਖਾਦੇ ਆ ਤੇ ਉਹ ਬੰਦੇ ਨੇ ਜਾ ਕੇ ਆਪਣੀ ਪਿੱਠ 'ਤੇ ਇੱਕ ਦਿਨ ਛੋੜਾ ਮਾਰਨੇ ਮਾਰਨਸ ਜਾਂ ਮੇਰੇ ਪਿਤਾ ਦੀ ਡੈਥ ਹੋਈ ਹੈ ਤੇ ਆਪਾਂ ਨੂੰ ਪਤਾ ਸੀ ਲੇਕਿਨ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਕਈ ਬੰਦੇ ਨਾਲ ਇਹੋ ਜੇ ਰਲ ਗਏ ਜਿਹੜੇ ਧਰਮ ਵਿਚਾਰ ਦੀ ਗੱਲ ਕਰਦੇ ਹੁੰਦੇ ਸੀ ਕੇ ਜੀ ਇਹ ਸਿੱਖ ਹੈ ਇਹ ਸਿੰਘ ਇਹ ਈਨ ਨਹੀਂ ਮੰਨਦਾ ਇਹ ਮੱਥਾ ਨਹੀਂ ਟੇਕਦਾ ਇਹ ਗੱਲ ਨਹੀਂ ਕਰਦਾ ਤੇ ਮੈਂ ਕਹਿੰਦਾ ਸੀ ਗੱਲ ਆ ਵੀ ਚੱਲਣਾ ਦੋ ਕਦਮ ਤੇ ਚੱਲਣਾ ਮੜਕ ਦੇ ਨਾਲ ਇਸ ਕਰਕੇ ਕ੍ਰਿਕਟ ਨਹੀਂ ਖੇਲੀ ਗਈ ਉਨੇ ਮਰੀ ਇਸ ਜਗ੍ਹਾ ਤੇ ਪਿੱਠ ਵਿੱਚ ਛੁਰਾ ਮਾਰਿਆ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਮੈਂ ਪਰਿਵਾਰ ਸੰਭਾਲਾਂ ਕਿ ਮੈਂ ਖੇਲਾਂ ਮੇਰੀ ਮਾਂ ਕਹਿੰਦੀ ਤੈਨ ਲੈਣਾ ਕਿ ਇਹ ਖੁਦੋਂ ਖੁੰਡੀ ਖਿੱਡ ਕੇ ਛੱਡ ਪਰੇ ਤੂੰ ਇਹਨੂੰ ਤੂੰ ਆਪਦੀ ਜਾਇਦਾਦ ਸੰਭਾਲ ਵਿਆਹ ਕਰਾ ਬੱਚੇ ਜੰਮ ਤੇ ਆਪਾ ਉਹਨਾਂ ਘਰ ਪ੍ਰਵਾਹ ਕਰੀਏ ਪਿਓ ਤੇਰਾ ਛੇਤੀ ਤੁਰ ਗਿਆ 22 ਸਾਲ ਦੀ ਮੇਰੀ ਉਦੋਂ ਉਮਰ ਸੀਗੀ ਸੋ ਅਸਲੀ ਗੱਲ ਇਹ ਹੈ ਪਰ ਮੈਂ ਹੁਣ ਕਿੰਨੇ ਕਿੰਨੇ ਦਾ ਨਾਮ ਅੱਜ ਚਿੱਠਾ ਖੋਲਦਿਆਂ ਤਾਂ ਬੜਿਆਂ ਦੇ ਨਾਮ ਹੈ ਹੈ ਜੀ ਉਹ ਲੋਕਾਂ ਨੂੰ ਮੈਂ ਅੱਜ ਦੇਖਦਾ ਉਹ ਮੈਨੂੰ ਮੱਥੇ ਵੀ ਟੇਕਦੇ ਐ ਸਸਰੀਕਾਲ ਵੀ ਕਰਦੇ ਐ ਭਾਈ ਜੀ ਸਾਤੋਂ ਗਲਤੀ ਹੋ ਗਈ ਮਾਹ ਕੋਈ ਗਾਲੀ ਮੇਰਾ ਜ਼ਿੰਦਗੀ ਦਾ ਇੱਕ ਸਕੂਲ ਆ ਬੈਰੀਪਾਲ ਜੀ ਕਿ ਭਾਈ ਤੈਨੂੰ ਮਾਫ ਕੀਤਾ ਤੂੰ ਜਾਣੇ ਤੇ ਮੇਰਾ ਗੁਰੂ ਜਾਣੇ ਤੂੰ ਜਾਣੇ ਤੇ ਮੇਰਾ ਅਕਾਲ ਪੁਰਖ ਜਾਣੇ ਔਰ ਉਹ ਲੋਕਾਂ ਦੇ ਘਰੇ ਕਈਆਂ ਦੇ ਘਰੇ ਤਾਂ ਧੀਆ ਪੁੱਤਰੀ ਨਹੀਂ ਜੰਮੇ ਕਈ ਹੁਣ ਵੀ ਭੀਖ ਮੰਗਦੇ ਫਿਰਦੇ ਤੇ ਕਪਿਲਦੇਵ ਦੇ ਘਰੇ ਅੱਜ ਤੱਕ ਪੁੱਤਰ ਨਹੀਂ ਜੰਮਿਆ ਤੇ ਜਿਹੜੀ ਧੀ ਜੰਮੀ ਉਹ ਵੀ ਟੈਸਟਿਊ ਬੇਬੀ ਐ ਇਸ ਤੋਂ ਵੱਧ ਕਿੱਸਾ ਜੇ ਕੋਈ ਕਿਸ ਨੂੰ ਕੀ ਜੋਗਰਾਜ ਜੀ ਮੈਨੂੰ ਦੱਸਿਓ ਯੋਗਰਾਜ ਤੇ ਕਰ ਯੋਵਰਾਜ ਪੈਦਾ ਹੁੰਦਾ ਹੈ ਕ੍ਰਿਕਟਰ ਦਾ ਸਤਾਰਾ ਹੈ ਕਿ ਉਸ ਰੰਜ ਦੇ ਵਿੱਚੋਂ ਉਸ ਨੂੰ ਕ੍ਰਿਕਟਰ ਬਣਾਇਆ ਗਿਆ ਜਾਂ ਇਹ ਵੀ ਕੋਈ ਰੱਬੀ ਖੇਡ ਸੀ ਨਹੀਂ ਰੰਜ ਕੋਈ ਨਹੀਂ ਕੋਈ ਸ਼ਿਕਾਇਤ ਨਹੀਂ ਸਭ ਤੇਰੀ ਵਡਿਆਈ ਕੋਈ ਨਾ ਉਹ ਜਾਣੇ ਮੇਰਾ ਪਹਿਲੀ ਗੱਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਦ ਗੁਰੂ ਦਾ ਹੁਕਮ ਨਹੀਂ ਸੀ ਵੀ ਯੋਗਰਾਜ ਸਿੰਘ ਨੂੰ ਕ੍ਰਿਕਟਰ ਨਹੀਂ ਖੇਲਣੀ ਤਾਂ ਫਿਰ ਦੁਨੀਆ ਦੀ ਕਿਹੜੀ ਤਾਕਤ ਹੈ ਜਿਹੜੀ ਜੱਟ ਨੂੰ ਪਾਸੇ ਕਰ ਦਿੰਦੀ ਪਹਿਲੀ ਗੱਲ ਉਹਦਾ ਹੁਕਮ ਹੋਇਆ ਕਿ ਤੂੰ ਕ੍ਰਿਕਟ ਨਹੀਂ ਖੇਡ ਲਈ ਤੈਨੂੰ ਇਹੋ ਜਿਹਾ ਸਤਾਰਾ ਬਣਾਉਂਗਾ ਜਿਹੜਾ ਤੂੰ ਕਦੇ ਸੋਚਿਆ ਨਾ ਹੋਊਗਾ ਤੇ ਤੈਨੂੰ ਪੁੱਤ ਦਿੰਨਾ ਮੈਂ ਇਹੋ ਜਿਹਾ ਹੀਰਾ ਦਊਂਗਾ ਤੇ ਮਿਹਨਤ ਕਰ ਜਯਵਰਾਜ ਸਿੰਘ ਪੈਦਾ ਹੋ ਗਿਆ ਕਿੰਨੀ ਮਿਹਨਤ ਕੀਤੀ ਜੁਦੇ ਤੇ ਮਤਲਬ ਜਿੰਨਾ ਝੂਠ ਬੋਲ ਲੀਏ ਉਨਾਂ ਹੀ ਸੱਚ ਹੈ ਦੁਨੀਆ ਜਾਣਦੀ ਹੈ ਵੀ ਆਪਦਾ ਖੂਨ ਪਸੀਨਾ ਸ਼ਾਇਦ ਕੋਈ ਮਾਂ 9 ਮਹੀਨੇ ਆਪਣੀ ਕੱਖ ਚ ਬੱਚੇ ਨੂੰ ਰੱਖ ਕੇ ਇੰਨਾ ਪਿਆਰ ਤੇ ਇੰਨਾ ਸਿੱਦਕ ਤੇ ਇੰਨਾ ਮੁਹੱਬਤ ਨਹੀਂ ਕਰ ਸਕਦੀ ਜਿੰਨਾ ਮੈਂ ਯੁਵਰਾਜ ਸਿੰਘ ਨੂੰ ਕੀਤਾ ਕਿਉਂਕਿ ਅੱਜ ਵੀ ਕਰਦਾ ਕਿਉਂਕਿ ਮੇਰਾ ਪੁੱਤ ਹੈ ਤੇ ਮੈਂ ਉਹਨੂੰ ਕੁਝ ਬਣਾਉਣਾ ਚਾਹੁੰਦਾ ਸੀ ਲੇਕਿਨ ਫਿਰ ਕਹਿਣਾ ਆਕਾਲ ਪੁਰਖ ਦੀ ਵਡਿਆਈ ਉਹਦੀ ਕਿਰਪਾ ਉਹਦੀ ਰਹਿਮਤ ਗੁਰੂ ਦਾ ਥਾਪੜ ਕਿ ਯੁਵਰਾਜ ਸਿੰਘ ਯੁਵਰਾਜ ਸਿੰਘ ਬਣਿਆ ਤੁਸੀਂ ਇੰਨੀ ਮੁਹੱਬਤ ਕੀਤੀ ਅੱਜ ਵੀ ਕਰਦੇ ਹੋ ਕੀ ਕਾਰਨ ਰਿਹਾ ਕਿ ਯੁਵਰਾਜ ਤੁਹਾਡੇ ਨਾਲ ਵੱਧ ਕੇ ਆਪਣੀ ਮਾਂ ਦੇ ਨੇੜੇ ਮੇਰਾ ਖਿਆਲ ਹਰ ਪੁੱਤ ਨੂੰ ਆਪਣੀ ਮਾਂ ਦੇ ਨੇੜੇ ਹੋਣਾ ਚਾਹੀਦਾ ਜਿਸ ਮਾਂ ਨੇ 9 ਮਹੀਨੇ ਆਪਣੀ ਪੁੱਤ ਨੂੰ ਕੱਖਚ ਰੱਖਿਆ ਹੋਵੇ ਬੱਚੇ ਨੂੰ ਕੱਖਚ ਰੱਖਿਆ ਹੋਵੇ ਉਸ ਤੋਂ ਵੱਧ ਕੇ ਕਿਸ ਦਾ ਹੱਕ ਨਹੀਂ ਹੋਣਾ ਚਾਹੀਦਾ ਜੇ ਯੁਵਰਾਜ ਸਿੰਘ ਆਪਣੀ ਮਾਂ ਦਾ ਨਾਂ ਵੀ ਜਾਣਦਾ ਤੇ ਮੇਰੀ ਗੱਲ ਮੰਨ ਲੈਂਦਾ ਵੀ ਪੁੱਤ ਗੱਲ ਸੁਣ ਕੋਈ ਗੱਲ ਨਹੀਂ ਇਹਨੂੰ ਮੋੜ ਲਿਆਵਾਂਗੇ ਤੂੰ ਜਾ ਨਾ ਤਾਂ ਸ਼ਾਇਦ ਕਹਾਣੀਆਂ ਜਹੋਰ ਹੁੰਦੀ ਲੇਕਿਨ ਜੇ ਉਹ ਕਦੇ ਕਹਿੰਦਾ ਕਿ ਮਾਂ ਮੇਰੀ ਚਲੀ ਗਈ ਤਾਂ ਮੈਂ ਇਹਨੂੰ ਕਹਿਣਾ ਸੀ ਜਾ ਆਪਣੀ ਮਾਂ ਦੇ ਨਾਲ ਕਿਉਂਕਿ ਇੱਕ ਧਰਮ ਬਣਦਾ ਪੁੱਤਰ ਦਾ ਕਿ ਉਹ ਆਪਣੀ ਮਾਂ ਦੀ ਰੱਖਿਆ ਕਰੇ ਕਿਉਂਕਿ ਮਰਦ ਤੇ ਸ਼ੇਰ ਤਾਂ ਫੇਰ ਵੀ ਜੀਵਨ ਜੀ ਲੈਂਦੇ ਨੇ ਪਰ ਇੱਕ ਔਰਤ ਤਾਂ ਨਹੀਂ ਜੀਆ ਜਾਂਦਾ ਆਪਣੇ ਧੀਆ ਪੁੱਤਰਾ ਬਗੈਰ ਸੋ ਮੈਂ ਸਮਝਦਾ ਹਾਂ ਉਹਨੇ ਜੋ ਕੀਤਾ ਠੀਕ ਕੀਤਾ ਲੇਕਿਨ ਡਿਸੀਜਨ ਗਲਤ ਸੀ ਜੇਕਰ ਉਹ ਟਿਕ ਜਾਂਦੀ ਰੁਕ ਜਾਂਦੀ ਕਰੇ ਤੇ ਗੱਲ ਮੇਰੀ ਮੰਨ ਲੈਂਦੀ ਵੀ ਭਾਈ ਇਸ ਘਰ ਦੇ ਵਿੱਚ ਜੱਟਾਂ ਨਾਲ ਚੱਲਣਾ ਕਿਉਂਕਿ ਉਹ ਫੈਮਲੀ ਇਹੋ ਜਿਹੀ ਚੋਂ ਆਈ ਸੀ ਜਿੱਥੇ ਜ਼ਿੰਦਗੀ ਦੇ ਵਿੱਚ ਉਹ ਮਾਂ ਵੀ दारू ਪੀਂਦੀ ਸੀ ਪਪੋ ਬਿਓ ਵੀ दारू ਪੀਂਦਾ ਸੀ ਸਾਰੇ ਪਰਿਵਾਰ ਮਾਡਰਨਾਈਜ਼ਡ ਫੈਮਲੀ ਆ ਭਜੇ ਨੇ ਕਹਿੰਨੇ ਮੈਂ ਕਿਹਾ ਵੀ ਤੁਹਾਡਾ ਪਰਿਵਾਰ ਕਿਹੋ ਜਿਹਾ ਸੀ ਸਾਡਾ ਗੁਰਸਿੱਖ ਪਰਿਵਾਰ ਸੀ ਜੀ ਸਾਡੇ ਗੁਰੂ ਮਹਾਰਾਜ ਦਾ ਨਾਮ ਜਪਣ ਵਾਲੇ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਸੀ ਉੱਥੇ ਨਹੀਂ ਸੀ ਫਿਰ ਇਹ ਰਿਸ਼ਤਾ ਕਿਵੇਂ ਬਣਿਆ ਫਿਰ ਬਸ ਇਹ ਸਮਝ ਲਓ ਵੀ ਪਿਛਲੇ ਜਨਮਾਂ ਦਾ ਕੋਈ ਲੈਣ ਦੇਣ ਸੀ ਜਿਵੇਂ ਕ੍ਰਿਸ਼ਨ ਮਹਾਰਾਜ ਨੇ ਕਿਹਾ ਨਾ ਉਹ ਜਿਹੜੇ ਤੇਰੇ ਸਾਹਮਣੇ ਖੜੇ ਨੇ ਤੇਰੇ ਧੀਆਂ ਪ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਲਿਖਿਆ ਹੈ ਵੀ ਆਪ ਦੇ ਦੁਸ਼ਮਣ ਬਣ ਕੇ ਆ ਜਾਂਦੇ ਨੇ ਸੋ ਉਹ ਆਪਣਾ ਲੈਣ ਦੇਣ ਸੀ ਉਸਔਰਤ ਨਾਲ ਪੂਰਾ ਹੋ ਗਿਆ ਪਰ ਜੇ ਕੱਲ ਨੂੰ ਉਹਨੂੰ ਮੇਰੀ ਲੋੜ ਪਈ ਤੇ ਕੱਲ ਨੂੰ ਉਹ ਬੁੱਢੀ ਹੋ ਗਈ ਤੇ ਉਹਦਾ ਸਹਾਰਾ ਨਾ ਕੋਈ ਬਣਿਆ ਤੇ ਮੈਨੂੰ ਪਿਆ ਹੈ ਕਿ ਮੈਂ ਖੜਾ ਤੇ ਇੱਕ ਵਾਰੀ ਆਵਾਜ਼ ਮਾਰੀ ਤੈਨੂੰ ਆਪਣੇ ਹਿੱਤ ਨਾਲ ਲਾ ਲਾਂਗੇ ਵਾਹ ਬਹੁਤ ਚੰਗਾ ਇਹ ਵੀ ਗੁਰੂਆਂ ਨੇ ਆਖਿਆ ਹੈ ਕਿ ਮaaf ਕਰ ਦੇਣਾ ਵੀਹੀ ਧਰਮ ਹੈ ਤੇ ਤਰਸ ਖਾਣਾ ਵੀ ਧਰਮ ਹੈ ਤੇ ਜਿਹਨੂੰ ਇੱਕ ਵਾਰੀ ਆਪਣਾ ਕਹਿ ਦਈਏ ਉਹਨੂੰ ਮੁੜ ਕੇ ਬਗਾਨਾ ਨਹੀਂ ਕਹਿੰਦਾ ਬਿਲਕੁਲ ਦੋਸਤੋ ਇਸ ਵਕਤ ਜੋਗਰਾਜ ਸਿੰਘ ਹੋਰਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਸਮਾਂ ਬ੍ਰੇਕ ਦਾ ਹੈ ਵਾਪਸ ਆਉਣਿਆ ਇਹਨਾਂ ਕੁਝ ਮਸ਼ਹੂਰੀਤ ਬਾਅਦ ਇਫ ਯੂ ਲਾਈਕ ਥਿਸ ਵੀਡੀਓ ਪਲੀਜ਼ ਸਬਸਕ੍ਰਾਈਬ ði ਚੈਨਲ ਲਾਈਕ ਐਂਡ ਸ਼ੇਅਰ ਥਿਸ ਵੀਡੀਓ ਤੁਸ ਤੋਂ ਪ੍ਰਾਈਮੇਸ਼ਾ ਟੈਲੀਵਿਜ਼ਨ ਵੇਖ ਰਹੇ ਹੋ ਉਮੀਦ ਨਹੀਂ ਯਕੀਨ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਖਾਸ ਅਤੇ ਵਿਲੱਖਣ ਪ੍ਰੋਗਰਾਮ ਚੰਗਾ ਲੱਗ ਰਿਹਾ ਹੋਵੇਗਾ ਸਾਡੇ ਅੱਜ ਮਹਿਮਾਨ ਹਨ ਤੁਹਾਡੇ ਸਭਨਾਂ ਦੇ ਚਹੇਤੇ ਅਦਾਕਾਰ ਯੋਗਰਾ ਸਿੰਘ ਜਦੋਂ ਹੁਣ ਗੱਲ ਚੱਲ ਰਹੀ ਹੈ ਆਪਾਂ ਇਸ ਤੋਂ ਪਹਿਲਾਂ ਕਿ ਤੁਹਾਡੇ ਫਿਲਮੀ ਕੈਰੀਅਰ ਵੱਲ ਵਧੀਏ ਹਮ ਇਸ ਚੈਪਟਰ ਨੂੰ ਮੈਂ ਸਮੇਟ ਦੇਣਾ ਚਾਹੁੰਦਾ ਹੈ ਬੀਤੇ ਸਾਲ ਜਦੋਂ ਵਿਆਹ ਹੋਇਆ ਉਸ ਵਕਤ ਤੁਸੀਂ ਬਹੁਤ ਸੁਰਖੀਆਂ ਵਿੱਚ ਆਏ ਉਸ ਦੇ ਪਿੱਛੇ ਕੀ ਕਾਰਨ ਸਨ ਮੇਰਾ ਖਿਆਲ ਤੁਸੀਂ ਸਪਸ਼ਟ ਗੱਲ ਕਰਦੇ ਤਾਂ ਬਹੁਤ ਚੰਗੀ ਗੱਲ ਬੈਨਫਾਇਡਜੀ ਵੀ ਕਿਹਾ ਜੇ ਵੀ ਤੂੰ ਆਪਣੇ ਪੁੱਤ ਦੇ ਵਿਆਹ ਤੇ ਕਿਉਂ ਨਹੀਂ ਗਿਆ ਗੱਲ ਤਾਂ ਬਾਈਥੇ ਸ਼ੁਰੂ ਕਰਦੇ ਆ ਗੱਲ ਇਹ ਹੈ ਵੀ ਮੈਂ ਜਿਸ ਗੁਰੂ ਦਾ ਲਾਲ ਆ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੀ ਵਲਦ ਗੁਰੂ ਗੋਬਿੰਦ ਸਿੰਘ ਜੀ ਵਲਦ ਗੁਰੂ ਤੇਗ ਬਹਾਦਰ ਜੀ ਤੇ ਮੇਰੇ 10 ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਇਹਨਾਂ ਨੂੰ ਮੱਥਾ ਟੇਕਦਾ ਹੂੰ ਗਾਸ਼ ਮੇਰਾ ਵੀ ਇਹੋ ਜਿਹਾ ਟਾਈਮ ਆਵੇ ਮੈਂ ਵੀ ਆਪਣੀ ਸ਼ੀਧੀ ਦਵਾ ਆਪਣੇ ਗੁਰੂ ਘਰ ਲਈ ਮੇਰਾ ਵੀ ਤੁਮਕਾ ਤੁਮਕਾ ਲਹੁਦਾ ਪਵੇ ਉਸ ਗੁਰੂ ਘਰ ਨੂੰ ਛੱਡ ਕੇ ਜੇ ਮੇਰੇ ਘਰ ਦੀ ਜਨਾਨੀ ਮੇਰੇ ਘਰ ਦਾ ਪੁੱਤਰ ਮੇਰਾ ਦੋਸਤ ਯਾਰ ਸੱਜਣ ਪਾਵਾਂ ਸਾਰੀ ਦੁਨੀਆ ਛੱਡ ਕੇ ਦੇਹਦਾਰੀ ਬਾਬਿਆਂ ਦੇ ਜਾ ਕੇ ਮੱਥੇ ਟੇਕਦੇ ਐ ਤੇ ਜਾਓ ਫਿਰ ਉਹ ਮੇਰੇ ਲਈ ਮਰ ਗਏ ਤੇ ਮਨ ਲਈ ਮਰ ਗਿਆ ਮੈਂ ਆਪਣੇ ਪੁੱਤਰ ਨੂੰ ਕਿਹਾ ਸੀ ਇਹਦੀ ਮਾਂ ਨੂੰ ਵੀ ਕਿਹਾ ਸੀ ਬਾ ਗੱਲ ਸੁਣ ਲੈ ਮੇਰੀ ਜੇ ਜਾਣਾ ਹੈ ਬਾਬਿਆਂ ਦੇ ਆ ਪੁੱਤਰ ਆ ਵੀ ਵਿਆ ਲੀ ਤੇ ਜੇ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਮੂਹਰੇ ਫੇਰੇ ਲੈਣੇ ਆ ਤੇ ਗੁਰੂ ਘਰ ਦੀ ਜਾ ਕੇ ਜੁੱਤੀਆਂ ਸਾਫ਼ ਕਰਨੀਆਂ ਹਰਿਮੰਦਰ ਸਾਹਿਬ ਤੇ ਗੁਰੂ ਘਰ ਦੇ ਵਿੱਚ ਜੁੜਨਾ ਤਾਂ ਮੈਂ ਸੇਰਾ ਆ ਬਨੂੰਗਾ ਮੂਹਰੇ ਹੋ ਕੇ ਥੱਸੇ ਇੱਕ ਤਾਂ ਪੜ ਕੇ ਚੱਲਾਂਗਾ ਇਸ ਕਰਕੇ ਮੈਂ ਨਹੀਂ ਗਿਆ ਐ ਗੁਰੂ ਦੇ ਲਈ ਗੁਰੂ ਘਰ ਲਈ ਮੈਂ ਆਪਣੇ ਗੁਰੂਆਂ ਤੇ ਪੀਰਾਂ ਤੇ ਆਪਣੇ ਸ਼ਹੀਦਾਂ ਲਈ ਇੱਕ ਪੁੱਤਰ ਕੀ ਮੈਂ ਸਾਰਾ ਪਰਿਵਾਰ ਹਜ਼ਾਰਾਂ ਜੰਮਣ ਹਜ਼ਾਰ ਪੁੱਤਰ ਕੁਰਬਾਨ ਕਰਦੇ ਆ ਜੇ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਮੇਰੇ ਘਰ ਦੇ ਵੱਡ ਵਡੇਰੇ ਬੱਚੇ ਛੋਟੇ ਛੋਟੇ ਜੀਤ ਕਰਾ ਸਕਦੇ ਆ ਆਪ ਦਾ ਪਰਿਵਾਰ ਖੇਰੂ ਖੇਰੂ ਕਰਵਾ ਸਕਦੇ ਆ ਲੱਖ ਲਾਣ ਦੇ ਮੇਰੇ ਵਰਗੇ ਸਿੰਘ ਤੇ ਜਿਹੜਾ ਆਪਣੇ ਪਰਿਵਾਰ ਦੇ ਮੂੰਹ ਪਿੱਛੇ ਆਪਣੇ ਗੁਰੂ ਘਰ ਦੀ ਬੇਇੱਜ਼ਤੀ ਕਰਾ ਦੇ ਇਸ ਨਾਲੋਂ ਤਾਂ ਮੇਰਾ ਸਿਰ ਵੱਢਿਆ ਜਾਂਦਾ ਚੰਗਾ ਸੀ ਆਰਮਾ ਨਹੀਂ ਗਿਆ ਜਦੋਂ ਆਪਾਂ ਹੁਣ ਸ਼ੁਰੂਆਤ ਕੀਤੀ ਹੈ ਇਹ ਤਾਂ ਗੱਲ ਤੁਹਾਡੀ ਕੰਟਰੈਡਿਕਟ ਹੋ ਰਹੀ ਹੈ ਦੂਸਰੇ ਪਾਸੇ ਵੀ ਉਹ ਦੇਹਤਾਰੀ ਨੇ ਉਹ ਵੀ ਬਾਬੇ ਨੇ ਸੰਤ ਰਾੜੇ ਵਾਲੇ ਉਹ ਵੀ ਲੋਕ ਸਮਝਦੇ ਆ ਕਿ ਉਹ ਵੀ ਸੰਤ ਨੇ ਉਹ ਵੀ ਦੇਵਤਾਰੀ ਨੇ ਤੁਸੀਂ ਸਮਝਦੇ ਹੋ ਕਿ ਸਾਨੂੰ ਵਰ ਮਿਲਿਆ ਮੇਰੀ ਮਾਤਾ ਦਾ ਉਹਨਾਂ ਨੂੰ ਵਰਦਾਨ ਦਿੱਤਾ ਮੈਂ ਉੱਥੋਂ ਪੈਦਾ ਹੋਇਆ ਇਹ ਦੂਸਰੇ ਪਾਸੇ ਹੀ ਬਾਬਾ ਹੋ ਸਕਦਾ ਤੁਹਾਡੀ ਐਨਕ ਦੇ ਵਿੱਚੋਂ ਬਾਬਾ ਠੀਕ ਹੋਵੇ ਉਹਨਾਂ ਦੀ ਐਨਕ ਦੇ ਵਿੱਚੋਂ ਠੀਕ ਹੋ ਸਕਦਾ ਸਾਧੂ ਸੰਤ ਕਹੋ ਜਿਆ ਹੋਣਾ ਚਾਹੀਦਾ ਹੁਣ ਤੁਸੀਂ ਬਾਬਿਆਂ ਤੇ ਤੁਸੀਂ ਬੈਠੇ ਹੋ ਮੈਂ ਤੁਹਾਡੇ ਕੋਲ ਆਇਆ ਮਹਾਰਾਜ ਮੇਰੇ ਘਰ 'ਚ ਬਹੁਤ ਪ੍ਰੋਬਲਮ ਚੱਲ ਰਹੀ ਹੈ ਮੇਰਾ ਫਲਾਣਾ ਕਹਿਣਾ ਨਹੀਂ ਮੰਨਦਾ ਤੁਹਾਡਾ ਕੀ ਫਰਜ ਬਣਦਾ ਸੰਗਤੋਂ ਉੱਠੋ ਬਈਰ ਅਰਦਾਸ ਕਰੋ ਲੈ ਪੁੱਤ ਗੁਟਕਾ ਜਪਜੀ ਸਾਹਿਬ ਦਾ ਆਪ ਵੀ ਪਾਠ ਕਰਿਆ ਕਰ ਤੇ ਸਾਰੀ ਆਪਣੇ ਘਰ ਦੇ ਨੂੰ ਵੀ ਕਰਾਇਆ ਕਰ ਤੇ ਜਾ ਜਾ ਕੇ ਮੇਰੇ ਕੋਲ ਨਹੀਂ ਆਉਣਾ ਮੈਂ ਤਾਂ ਆਪ ਗੁਰੂ ਤੋਂ ਝੋਲੀ ਢੱਕ ਕੇ ਮੰਗਦਾ ਰਿਆ ਤੇ ਜਿਹੜੇ ਸੰਤਾਂ ਦੀ ਤੁਸੀਂ ਗੱਲ ਕੀਤੀ ਬੈਣੀਪਾਲ ਜੀ ਤੇ ਜਿਹੜੇ ਗੁਰੂਆਂ ਦੀ ਗੱਲ ਮੈਂ ਕਰ ਰਿਆ ਉਹ ਵੀ ਦੇਹਧਾਰੀ ਸੀਗੇ ਲੇਕਿਨ ਉਹਨਾਂ ਨੇ ਜ਼ਿੰਦਗੀ 'ਚ ਕਦੇ ਮੱਠ ਬਣਾ ਕੇ ਜਨਾਮੀਆਂ ਨੂੰ ਆਪਣੇ ਕਬਜ਼ੇ 'ਚ ਨਹੀਂ ਕੀਤਾ ਇਹ ਜਿੰਨੇ ਤੁਸੀਂ ਲੋਕਾਂ ਦੀ ਗੱਲਾਂ ਸੁਣਦੇ ਕੋਈ ਜ਼ੇਰ ਘਟ ਰਿਹਾ ਕਿਸੇ ਦੇ ਕੇਸ ਚੱਲ ਰਿਹਾ ਕੋਈ ਕੁਝ ਕਰ ਰਿਹਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਚਲੋ ਸਵਾਲ ਮੇਰਾ ਤੁਹਾਡੇ ਤੇ ਆ ਗਿਆ ਵੀ ਤੁਸੀਂ ਮੈਨੂੰ ਦੱਸੋ ਬੈਨਿਪਾਲ ਜੀ ਗੁਰੂ ਮਾਨਯੋ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਤੇ ਫਿਰ ਦੇ ਧਾਰੀ ਬੰਦਾ ਰਹਿ ਕਿਹੜਾ ਗਿਆ ਜੇ ਦੇ ਧਾਰੀਆਂ ਤੇ ਜਾਣਾ ਤੇ ਦੇ ਧਾਰੀਆਂ ਤੁਹਾਨੂੰ ਧਾਗੇ ਬਨ ਕੇ ਪਿਓ ਨੂੰ ਤਾਂ ਕੁਰਤਾ ਪਜਾਮਾ ਨਾਲ ਤੁਸੀਂ ਬਣਾ ਕੇ ਦਿਓ ਤੇ ਮੱਥੇ ਟੇਕਦੇ ਫਿਰੋ ਤੇ ਬਾਬਿਆਂ ਦੇ ਤੇ ਜਾ ਕੇ ਗੱਡੀਆਂ ਦਿੰਦੇ ਰਹੋ ਬਾਬੇ ਉਹ ਸੀ ਜਿਹੜਾ ਆਪਣਾ ਕੁਰਬਾਨ ਸਭ ਕੁਝ ਕਰ ਦਿੰਦੇ ਸੀ ਦੂਸਰੇ ਦੀ ਖੁਸ਼ੀ ਵਾਸਤੇ ਰਾੜੇ ਵਾਲੇ ਸੰਤ ਕਹਿੰਦੇ ਹੁੰਦੇ ਸੀ ਹੌਣਾ ਆ ਲੈ ਗੁਟਕਾ ਸਵਾ ਲਖ ਜਪਜੀ ਸਾਹਿਬ ਦਾ ਪਾਠ ਕਰ ਲੈ ਆਪੇ ਹੀ ਸਿੰਘ ਸਾਜੇਗਾ ਤੈਨੂੰ ਅੰਮ੍ਰਿਤ ਛਕਣ ਦੀ ਵੀ ਲੋੜ ਨਹੀਂ ਅੰਮ੍ਰਿਤ ਤਾਂ ਛਕਿਆ ਜਾਂਦਾ ਹੈ ਸਿੰਘ ਤਾਂ ਬਣਿਆ ਜਾਂਦਾ ਹੈ ਗੁਰੂ ਵਾਲਾ ਤਾਂ ਬਣਿਆ ਜਾਂਦਾ ਹੈ ਜਦ ਆਪਾਂ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਦੇ ਆ ਸੋ ਜੇੜਾ ਨਹੀਂ ਜੁੜਿਆ ਜਿਹੜਾ ਜਾ ਕੇ ਲੋਕਾਂ ਨੂੰ ਕਹਿੰਦਾ ਮੈਂ ਤੈਨੂੰ ਤਬੀਰ ਦੇ ਕੇ ਤੇਰੀ ਜ਼ਿੰਦਗੀ ਬਣਾ ਦੂੰਗਾ ਉਹਨਾਂ ਦੇ ਮੱਥੇ ਟੇਕਣਾ ਮੇਰੇ ਲਈ ਗੁਨਾਹ ਹੈ ਬਾਕੀ ਜੇ ਤੁਹਾਨੂੰ ਕਿਸੇ ਨੂੰ ਚੰਗਾ ਲੱਗਦਾ ਮੇਰੇ ਵੱਲੋਂ ਪਾਵਾਂ ਸਾਰੀ ਦੁਨੀਆ ਜਾ ਕੇ ਪੁੱਠੀ ਹੋ ਕੇ ਮੱਥੇ ਟੇਕ ਦੇਰੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਆਪਣੇ ਗੁਰੂ ਘਰ ਤੋਂ ਇਲਾਵਾ ਕਿਤੇ ਨਹੀਂ ਜਾਣਾ ਯੋਗਰਾਜ ਸਿੰਘ ਫਿਲਮਾਂ ਦੀ ਦੁਨੀਆ ਦੇ ਵਿੱਚ ਆ ਗਏ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਮੈਨੂੰ ਇਹ ਦੱਸਿਓ ਕਿ ਉਹ ਕਿਹੜਾ ਵੇਲਾ ਸੀ ਕਿਵੇਂ ਸਬਬ ਬਣਿਆ ਕਿਉਂਕਿ ਇੱਕ ਕ੍ਰਿਕਟ ਜਗਤ ਦੇ ਵਿੱਚ ਖੇਡਦਾ ਖੇਡਦਾ ਖਿਡਾਰੀ ਫਿਲਮੀ ਦੁਨੀਆ ਵੱਲ ਕਿਵੇਂ ਆ ਗਿਆ ਹੁਕਮਰ ਜਾਈ ਚਰਣਾ ਨਾਨਕ ਲਿਖਿਆ ਨਾਲ ਪਰ ਕੋਈ ਸਬਬ ਬਣਿਆ ਨਹੀਂ ਸਭ ਕੋ ਬਾਹਰ ਹੁਕਮ ਨਾ ਕੋਏ ਮੈਂ ਐਥਲੀਟ ਬਣਨਾ ਚਾਹੁੰਦਾ ਸੀ ਮੈਂ ਬੜਾ ਚੰਗਾ ਐਥਲੀਟ 8ਵੀਂ ਕਲਾਸ ਮੇਰਾ 8.9 ਸੈਕਿੰਡ ਸੀਗਾ 10.11.2 ਸੈਕਿੰਡ ਸੀਗਾ ਤੇ ਮੇਰੇ ਫਾਦਰ ਕਹਿੰਦੇ ਸੀ ਪਾਈ 골ਡ ਮੈਡਲ ਜਿੱਤ ਕੇ ਲਿਆਉਣਾ ਮੈਂ ਕਿਹਾ ਠੀਕ ਹੈ ਜੀ ਉਸ ਵੇਲੇ ਕਪਿਲਦੇਵ ਤੇ ਡੀਪੀ ਆਜ਼ਾਦ ਹੁਣ ਵਗ ਗਿਆ ਉਹ ਉਹ ਆ ਗਿਆ ਮੈਂ ক্রিকেট ਸ਼ੁਰੂ ਕਰਤੀ ਉਹ ਵੀ ਮੈਂ ਖੇਡਣਾ ਨਹੀਂ ਸੀ ਚਾਹੁੰਦਾ ਮੇਰੇ ਫਾਦਰ ਨਹੀਂ ਸੀ ਚਾਹੁੰਦੇ ਪਰ ਉਹ ਵੀ ਮੇਰੇ ਲਿਖਿਆ ਸੀ ਵੀ ਇੰਨੀ ਦੇਰ ਖੇਡਣਾ ਫਿਲਮਾਂ ਦਾ ਸਵਾਭ ਵੀ ਐਂ ਬਣਿਆ ਕਿ ਵਿਰਿੰਦਰ ਜੀ ਆਏ ਮੈਂ ਟੀਮ ਚੋਂ ਬਾਹਰ ਹੋ ਗਿਆ ਪਿਤਾ ਜੀ ਦੀ ਮੌਤ ਹੋ ਗਈ ਮੈਂ ਫਰਸਟ੍ਰੇਸ਼ਨ ਵੀ ਥੋੜੀ ਜਿਹੀ ਰਹਿੰਦੀ ਸੀ ਪਰ ਚਲੋ ਮੈਂ ਪੰਪ ਤੇ ਬੈਠਾ ਸੀ ਫਿਰ ਉਹਨਾਂ ਨੇ ਕਿਹਾ ਮੈਂ ਫਿਲਮ ਬਣਾ ਰਿਹਾ ਬਟਵਾਰਾ ਉਹਨੀ ਦੇ ਨੂੰ ਨਾਲ ਹੀ 10 ਦਿਨ ਬਾਅਦ ਉਤਮ ਤੁਲਸੀ ਆ ਗਿਆ ਰਾਜਕਵੀ ਤੁਲਸੀ ਦਾ ਮੁੰਡਾ ਉਹ ਯਾਰ ਗਰੀਬਾਂ ਦਾ ਫਿਲਮ ਬਣਾ ਰਿਹਾ ਸੀ ਸੋ ਇੱਕ ਫਿਲਮ ਐਜ਼ ਅ ਵਿਲਨ ਸਾਈਨ ਕੀਤੀ ਤੇ ਇੱਕ ਫਿਲਮ ਐਜ਼ ਅ ਹੀਰੋ ਸਾਈਨ ਕੀਤੀ ਤੇ ਮੈਨੂੰ ਤਾਂ ਜਿੰਨਾ ਜਿਵੇਂ ਹੁਣ ਲਾਈਟ ਹੈ ਗਿਆ ਮੈਂ ਤਾਂ ਡਰ ਹੀ ਬੜਾ ਲੱਗਿਆ ਮੈਂ ਵੀ ਯਾਰ ਫਿਲਮ ਕਿਵੇਂ ਗੱਲ ਬਣੇਗੀ ਉਹ ਡਾਇਲੋਗ ਇੱਕ ਟੇਕ ਦੋ ਟੇਕ 10 ਟੇਕ ਤੇ ਭਾਜੀ ਮੇਰੇ ਗੱਲ ਪੈ ਗਏ ਮੈਂ ਪਾਵਰਿੰਦਰ ਭਾਜੀ ਕਹਿੰਦਾ ਮੂੰਹ ਲਾ ਕੇ ਦੋ ਲਾਈਨਾਂ ਹੀ ਤੂੰ ਬੋਲ ਸਕਦਾ ਉਹ ਮੈਂ ਕਿਹਾ ਜੀ ਮੈਂ ਕੰਮ ਕਦੇ ਕੀਤਾ ਹੀ ਮਰਾਸੀਆਂ ਵਾਲਾ ਬਾੜੇ ਹੌਲੀ ਹੌਲੀ ਸਿੱਖੂੰਗਾ ਤੁਸੀਂ ਮੈਨੂੰ ਡਾਂਟੋ ਨਾ ਪਰ ਉਹਨੂੰ ਕੁੱਟਦੇ ਬਹੁਤ ਹੁੰਦੇ ਸੀ ਕਿਉਂਕਿ ਚਪੇੜਾ ਕੀ ਸੋਟੀ ਰੱਖੀ ਹੁੰਦੀ ਕੋਟ ਮੈਂ ਜੇ ਦੋ ਟੇ ਦੂਜਾ ਟੇਕ ਦੇਤਾ ਤੇ ਉਹਨਾਂ ਨੇ ਮੇਰੇ ਛਤਰ ਮਾਰਨੇ ਮਾਰਨੇ ਕਿਉਂ ਮੈਂ ਕਿਤੇ ਨੂੰ ਪੁੱਛਿਆ ਰਾਤ ਨੂੰ ਮੈਂ ਕਿਹਾ ਜੀ ਮੇਰੇ ਨਾਲ ਇਦਾਂ ਕਿਉਂ ਹੁੰਦਾ ਛਤਰ ਪਰ ਉਹ ਬੈਸਟ ਸਟੂਡੈਂਟ ਹੈ ਇਸ ਕਰਕੇ ਮੈਂ ਤੇ ਤੋਂ ਦੂਜਾ ਟੇਕ ਬਰਦਾਸ਼ਤ ਨਹੀਂ ਕਰਦਾ ਸੋ ਉਹਨਾਂ ਨੇ ਔਰ ਦੂਜੇ ਮੁਸਤਾਫਾ ਕਰੈਸ਼ੀ ਸਾਹਿਬ ਉਹਨਾਂ ਦਾ ਮੈਂ ਮੇਰੇ ਅਸਲੀ ਦਾ ਕਾਫੀ ਪ੍ਰਭਾਵ ਤੁਹਾਡੇ ਤੇ ਲੱਗਦਾ ਸੀ ਫਿਲਮਾਂ ਦੇ ਵਿੱਚ ਤੁਸੀਂ ਕਰੋੜ ਕਰੋੜ ਡਾਇਲੌਗ ਬੋਲਦੇ ਸੀ ਇੱਕ ਤੋਂ ਡਾਇਰਾ ਸੀ ਤੁਸੀਂ ਤੇ ਗੁੱਗੂ ਗਿੱਲ ਨੇ ਆ ਜਾਣਾ ਉਹੀ ਤੁਹਾਡੇ ਡਾਇਲੌਗ ਕਰੋੜ ਕਰੋੜ ਉਹ ਖਾਸ ਉਹਨਾਂ ਦਾ ਸੀ ਤੁਹਾਡੇ ਤੇ ਹਰੀ ਸਿੰਘ ਨਲੂਏ ਬਾਰੇ ਸੁਣੇ ਬਿਲਕੁਲ ਸੁਣਿਆ ਨਹੀਂ ਜੀ ਉਹ ਤਾਂ ਪੂਜਣਯੋਗ ਚੀਜ਼ ਯਾਦ ਉਹ ਲਹਾੜ ਤੋਂ ਆਵਾਜ਼ ਮਾਰਦਾ ਸੀ ਨਾ ਤੇ ਕੰਧਾਰ ਦੀਆਂ ਕੰਧਾਂ ਕੰਬ ਜਾਂਦੀਆਂ ਸੀ ਅੱਜ ਵੀ ਉਹਦੀ ਰੂਹ ਕਿਤੇ ਬੋਲਦੀ ਹੋਵੇ ਰਾਤ ਨੂੰ ਦੁਨੀਆ ਜੰਗਲ ਚ ਸਨਾਟਾ ਛਾ ਜਾਵੇ ਜੀ ਤੇ ਜਿਹੜੀ ਤੁਸੀਂ ਕਰੋੜ ਕਰੋੜ ਦੀ ਗੱਲ ਕੀਤੀ ਹੈ ਨਾ ਜੱਟ ਦਾ ਸੰਗ ਦਾਸ ਗੁਰੂਆਂ ਦੀ ਪ੍ਰਤਾਪ ਹੈ ਤੇ ਜਦੋਂ ਬੋਲਦਾ ਹੈ ਨਾ ਤੇ ਫਿਰ ਪਰਦਾ ਵੀ ਫਟਣ ਤੇ ਆ ਜਾਂਦਾ ਸਪੀਕਰ ਵੀ ਫਟਣਦੇ ਆਉਂਦੇ ਆ ਹਾਲਾਂਕਿ ਮਨ ਲੋਕੀ ਕਹਿੰਦੇ ਤੂੰ ਗੁੱਸੇ ਚ ਬੋਲਦਾ ਮੈਂ ਕਹਿੰਦਾ ਨਹੀਂ ਇਹ ਤਾਂ ਜੇ ਪਿਆਰ ਹੈ ਮੈਂ ਕਿਹਦਾ ਗੁੱਸਾ ਦੇਖਿਆ ਕਿਤੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਵੀ ਇਹ ਉਹ ਸਫਰ ਮੁਸਤਾਫਾ ਕਰੇਸ਼ੀ ਸਾਹਿਬ ਦੀ ਮਤਾਂ ਗੱਲ ਕਰਦਾ ਉਹ ਪਸ਼ਾਵਰ ਤੋਂ ਨੇ ਤੇ ਮੇਰੀਆਂ ਪਹਿਲ ਪਹਿਲੀਆਂ ਚਾਰ ਦਾਦੀਆਂ ਵੀ ਪਸ਼ਾਵਰ ਤੋਂ ਹੀ ਨੇ ਠੀਕ ਹੈ ਮੈਂ ਭਾਈ ਜੋਗਾ ਸਿੰਘ ਦੀ ਰਾਮਲੀ ਚੋਂ ਆ ਤੇ ਉਹਨਾਂ ਦੇ ਦੋ ਪੁੱਤਰ ਹੋਏ ਸੀ ਬਾਬਾ ਖੜਕ ਸਿੰਘ ਤੇ ਬਾਬਾ ਜੁਰਾਵਰ ਸਿੰਘ ਮੈਂ ਬਾਬਾ ਖੜਕ ਸਿੰਘ ਜੀ ਦੀ ਅੱਠਵੀਂ ਪੋਛਤਾ ਜੀ ਉਹ ਮੁਸਤਾਫਾ ਸਾਹਿਬ ਮੈਨੂੰ ਲੱਗਦੇ ਸੀ ਕੋੜੇ ਤੇ ਬੈਠੇ ਆ ਜੱਟ ਦੇ ਡਾਡੂ ਪਿਆ ਕੋਬਰੇ ਦੀਆਂ ਅੱਖਾਂ ਤੇ ਮੈਂ ਜੈਫਟਿਸ਼ੂ ਫਿਲਮਾ ਜਾਇਆ ਮੈਂ ਕਿਹਾ ਵੀ ਮੈਂ ਤਾਂ ਇਹੋ ਜਿਹਾ ਬੜਨਾ ਇਹੋ ਗੱਲ ਆ ਜਿਵੇਂ ਅਰਜੁਨ ਨੂੰ ਦੋਣਾ ਦਰੋਣਾ ਚਾਰ ਨੇ ਸਿਖਾਇਆ ਤੇ ਫਿਰ ਕਲਬਿਆਂ ਨੇ ਕਿਹਾ ਵੀ ਮੈਂ ਤਾਂ ਤੇਰੀ ਮੂਰਤੀ ਰੱਖ ਕੇ ਮੈਂ ਕਹਿੰਦਾ ਮੈਂ ਸਿੱਖਣੀ ਹੈ ਤੀਰ ਅੰਦਾਜ਼ੀ ਤੇ ਅਰਜੁਨ ਤੋਂ ਵੀ ਬੈਟਰ ਸੀ ਜੀ ਤੇ ਮੈਂ ਉਦਾਂ ਹੀ ਫਿਰ ਉਹਨਾਂ ਨੂੰ ਦੇਖਣਾ ਕਾਪੀ ਕਰਨਾ ਚਾਦਰਾਂ ਕੁੜਤਾ ਪਾਉਣਾ ਉਦਾਂ ਹੀ ਚੱਲਣਾ ਉਹ ਬੂ ਕਰਨਾ ਹਾਂ ਵਈ ਫਿਰ ਕਰਨਾ ਬੈਠੀ ਸ਼ੀਸ਼ੇ 'ਚ ਵੀ ਫਲਾਨਾ ਤਿੰਨ ਕਾ ਨਵਾਂ ਐ ਸੋਹਣਿਆ ਉਹ ਐਦਾਂ ਕਰਕੇ ਬੋਲ ਦਿੰਦੇ ਸੀ ਉਹ ਹੱਸਦੇ ਹੱਸਦੇ ਡਾਇਲੌਗ ਬੋਲ ਦਿੰਦੇ ਸੀ ਲੱਗਦਾ ਮਾਤ ਤੈਨੂੰ ਬੜੀ ਪਹਿੜੀ ਥਾਂ ਤੇ ਲੈ ਕੇ ਆ ਗਈ ਐ ਸੋਹਣਿਆ ਸੋ ਉਹ ਉਹਦਾ ਅਸਰ ਹੋ ਗਿਆ ਨਹੀਂ ਅਸਰ ਨਹੀਂ ਅੰਦਾਜ਼ ਸੀ ਉਹ ਪਸੰਦ ਸੀ ਤੁਹਾਨੂੰ ਨਹੀਂ ਬੜਾ ਮੈਨੂੰ ਕੀ ਪਸੰਦ ਸੀ ਸਾਰੀ ਦੁਨੀਆ ਨੂੰ ਪਸੰਦ ਸੀ ਤੁਸੀਂ ਉਹਦੇ ਬੜੇ ਛੋਟੇ ਛੋਟੇ ਸ਼ਾਇਦ ਉਹ ਜਿ ਕੋਈ ਉਹ ਜੰਮੇ ਵੀ ਨਾ ਪਰ ਉਹ ਜਿਹੜੀ ਗੱਲ ਹੈ ਕਿ ਉਹ ਉਸ ਵੇਲੇ ਹਿਸਾਬ ਲੱਗਦਾ ਸੀ ਵੀ ਮੈਂ ਇਦਾਂ ਦਾ ਕੁਝ ਕਰਾਂ ਸੋ ਮੈਂ ਕੋਸ਼ਿਸ਼ ਕੀਤੀ ਕੰਬੀਨੇਸ਼ਨ ਦੇ ਵਿੱਚ ਲੈ ਜਾ ਕੇ ਵੀ ਉਹ ਡਾਇਲੌਗਸ ਨੂੰ ਉਹਦਾ ਬੋਲਾਂ ਔਰ ਪਰਫਲੁੱਟ ਹੋਇਆ ਮਾਲਕ ਜੀ ਉਹ ਹੋਇਆ ਇਸ ਤਰ੍ਹਾਂ ਬੈਨੀਪਾਲ ਜੀ ਕਿ ਬੰਦਾ ਕਰੇ ਕੰਨ ਲੀਆਂ ਰੱਬ ਸਿੱਧੀਆਂ ਪਾਵੇ ਜੜ ਦਾ ਧੂੜ ਚ ਟੱਟੂ ਭੱਜੀ ਜਾਂਦਾ ਹੈ ਅਕਾਲ ਪੁਰਖ ਦੀ ਕਿਰਪਾ ਲੋਕਾਂ ਨੂੰ ਅਰਮੀ ਕੋੜਾ ਲੱਗਦਾ ਬਸ ਗੱਲ ਇੱਥੇ ਮੁੱਕਦੀ ਅੱਛਾ ਮੈਨੂੰ ਇਹ ਦੱਸਿਓ ਹੁਣ ਵਰਿੰਦਰ ਜਦੋਂ ਵਰਿੰਦਰ ਖਲਮਾ ਕਰਦੇ ਸੀ ਉਹ ਬਿਲਕੁਲ ਜਿਵੇਂ ਆਮ ਬੋਲਚਾਲ ਬੋਲਦਾ ਹੈ ਉਸ ਤਰ੍ਹਾਂ ਨੈਚੁਰਲ ਸੀ ਤੇ ਤੁਸੀਂ ਕ੍ਰੈਸ਼ੀ ਸਾਹਿਬ ਨੂੰ ਜਦੋਂ ਕਾਪੀ ਕਰਨ ਲੱਗ ਪਏ ਵਰਿੰਦਰ ਨੇ ਕਦੇ ਤਾੜਿਆ ਨਹੀਂ ਮੈਨੂੰ ਤਾਂ ਸੈੱਟ ਚੋਂ ਕੱਢਤਾ ਉਹਨਾਂ ਨੇ ਪਹਿਲੀ ਵਾਰੀ ਜਾ ਕੇ ਮੈਂ ਕਿਹੜੀ ਪਿਕਚਰ ਸੋਹਣਿਆ ਜਦੋਂ ਕਿਹਾ ਤੇ ਚਾਦਰਾਂ ਕੁੜਤਾ ਪਾ ਕੇ ਦੀਪ ਢੱਲੋ ਮੇਰਾ ਰੋਲ ਕਰ ਰਿਹਾ ਸੀ ਤੇ ਮੈਂ ਕਿਹਾ ਬਾਈ ਜੀ ਮੈਂ ਆਉਣਾ ਫਿਰ ਡਾਇਲੌਗ ਬੋਲਦਾ ਮੈਂ ਦਰਵਾਜ਼ਾ ਖੋਲ ਕੇ ਗਿਆ ਮੈਂ ਕਿਹਾ ਸੋਹਣਿਆ ਕੀ ਹਾਲ ਮਾਸੀ ਦਾ ਰੱਕ ਚਪੇੜ ਦਿੱਤੇ ਮੇਰੇ ਕੰਨ ਤੇ ਆਹ ਕਹਿੰਦੇ ਆ ਕੀ ਓਏ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਆ ਤੂੰ ਚੰਗਾ ਭਲਾ ਬਟਵਾਰਾ ਕਰਕੇ ਗਿਆ ਹੈ ਤੇ ਨਾ ਬਰਾਬਰ ਬੋਲੇ ਆ ਤੇ ਆ ਤੂੰ ਕੀ ਸ਼ੁਰੂ ਕਰਤਾ ਮੈਂ ਕਿਹਾ ਜੀ ਇੱਕ ਨਵੀਂ ਚੀਜ਼ ਦੇਖਤ ਲਈ ਹੈ ਕਹਿੰਦੇ ਗੇਟੋਂ ਬਾਹਰ ਹੋ ਜਾ ਦਫਾ ਅੱਛਾ ਉਹਨਾਂ ਨੇ ਬਾਹਰ ਕੱਢ ਦਿੱਤਾ ਇਨੇ ਸਖਤ ਸੀ ਹਾਂਜੀ ਹਾਂਜੀ ਬਾਹਰ ਕੱਢਤਾ ਤੇ ਮੈਨੂੰ ਦੁਬਾਰਾ ਬੁਲਾਇਆ ਕਹਿੰਦੇ ਜੇ ਤਾਂ ਬਰੋਣਾ ਮੇਰੇ ਹਿਸਾਬ ਨਾਲ ਹੂੰ ਫਿਰ ਤਾਂ ਠੀਕ ਹੈ ਨੇ ਤਾਂ ਬਾਈ ਫਿਲਮ ਛੱਡ ਕੇ ਜਾ ਮੈਨੂੰ ਫਿਰ ਉਦਾਂ ਹੀ ਬੋਲਣਾ ਪਿਆ ਜਿਵੇਂ ਚਾਹੁੰਦੇ ਸੀ ਫਿਰ ਚਲੋ ਮਹਾਰਾਜ ਚਲੇ ਗਏ ਉਸ ਤੋਂ ਬਾਅਦ ਫਿਰ ਛੱਡ ਤੇ ਜਮੀਨ ਅਸੀਂ ਫਿਲਮ ਕੀਤੀ ਉਹਦੇ ਵਿੱਚ ਜਿਹੜਾ ਖੋੜਾ ਮਿਲਿਆ ਨਾ ਜਦ ਮੈਨੂੰ ਮੈਂ ਕਿਹਾ ਲੈ ਵੀ ਜਟਾ ਹੁਣ ਖੋਲ ਨਾ ਕਿਸੇ ਨੇ ਟੋਕਣਾ ਨਹੀਂ ਤੇ ਉਹ ਫਿਰ ਕੁਦਰਤੀ ਜਦ ਮੈਂ ਬੋਲਦਾ ਹੁੰਦਾ ਸੀ ਤੁਸੀਂ ਬਲੀਵ ਕਰਨਾ ਬੈਨਿਪਾਲ ਜੀ ਕਿ 20 25 25000 ਪਿੰਡਾਂ ਦੇ ਪਿੰਡ ਹਜੂਮ ਆ ਕੇ ਦੇਖਦੇ ਹੁੰਦੇ ਸੀ ਤੇ ਉਦਾਂ ਹੀ ਮੇਰੇ ਨਾਲ ਹੀ ਬੋਲਦੇ ਵੀ ਹੁੰਦੇ ਸੀ ਲੋਕ ਨਾਲ ਹੀ ਬੋਲਣਾ ਤੇ ਮੇਰੀ ਮਾਂ ਨੇ ਕਿਹਾ ਤੂੰ ਸਾਰੇ ਪੰਜਾਬ ਦੀ ਬੋਲੀ ਖਰਾਬ ਕਰਦੀ ਹੈ। ਹੈ? ਵੀ ਸਾਰੇ ਜਿਹੜਾ ਜਿਹੜਾ ਸਾਡੇ ਪੰਪ ਤੇ ਲੋਕੀ ਪੈਟਰੋਲ ਪਵਾਉਂਗਾ ਕਿਵੇਂ ਕਹਿੰਦੇ ਆ ਕੇ? ਉਹ ਕਹਿੰਦੇ ਸੀ ਆ ਸਰ ਰੁਪਏ ਦਾ ਪੈਟਰੋਲ ਪਾ ਓਏ। ਮੈਂ ਕਿਹਾ ਜੇ ਇੱਕ ਤੇ ਜਿਆਦਾ ਟਾਪਿਆਂ ਤੇ ਉਹਨੇ ਕਿਹਾ ਬਾਜੀ ਦਾਲ ਨੂੰ ਤੜਕਾ ਦੇਸੀ ਕਿਉਂ ਦਾ علاوہ ਕੇ ਮੱਖਣ ਦਾ ਲਾਉ। ਮੈਂ ਕਿਹਾ ਯਾਰ ਇਹ ਹੋਕ ਹੀ ਗਿਆ। ਵੱਡੇ ਵੱਡੇ ਅਫਸਰਾਂ ਕੋਲ ਜਾਣਾ ਤਾਂ ਮੈਂ ਬੋਲਣਾ ਪਿੰਡਾਂ ਚ ਬੋਲਣਾ। ਪਰ ਮੈਂ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਮੈਂ ਸਕਸੈਸ ਹੋ ਗਿਆ ਮੇਰੀ ਮਾਂ ਇੱਕ ਵਾਰੀ ਮੇਰੇ ਨਾਲ ਗਈ ਹੈ ਫਿਲਮ ਦੇਖਣ ਬਦਲਾ ਜੱਟੀ ਦਾ ਤੇ ਸਾਡੇ ਉਹ ਕਿੱਥੋਂ ਦੀ ਗੱਲ ਹੈ ਜੀ ਲੁਧੇਾਨੇ ਲੁਧੇਾਨੇ ਤੇ ਅੱਗੇ ਅੱਗੇ ਗੱਡੀਆਂ ਲੱਗੀਆਂ ਤੇ ਬੋਡੀ ਦੁਨੀਆ ਇਕੱਠੀ ਜਿਓ ਫੁਵਾਰੇ ਚੌਂਕ ਤੋਂ ਲੈ ਕੇ ਤੇ ਬੱਸ ਸਟੈਂਡ ਤੱਕ ਤੇ ਮੇਰੀ ਮਾਂ ਮੈਨੂੰ ਕਹਿੰਦੀ ਤੂੰ ਕੋ ਮੰਤਰੀ ਮੰਤਰੀ ਆ ਇੰਨਾ ਇਕੱਠਾ ਮੈਂ ਤਾਂ ਨਹੀਂ ਮਾਂ ਕਹਿੰਦੀ ਇੰਨੀ ਦੁਨੀਆ ਇੰਨੀ ਪੁਲਿਸ ਅੱਗੇ ਪਿੱਛੇ ਲੱਗੀ ਮੈਂ ਮਾਂ ਚੱਲ ਤਾਂ ਸਹੀ ਦੇਖਦਾ ਸਹੀ ਤਰ੍ਹਾਂ ਪੁੱਤ ਨੂੰ ਸਲਾਮਾ ਹੁੰਦੀ ਹੈ ਉਸ ਤੋਂ ਪਹਿਲਾਂ ਪਿੰਡ ਵਾਲੇ ਕਹਿੰਦੇ ਸੀ ਕਹਿੰਦਾ ਜਟਾ ਦੇ ਘਰੇ ਮਰਾਸੀ ਜ ਪਰ 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 ਦੁਨੀਆ ਜਾ ਰਹੀ ਸੀ ਤੇ ਫਿਰ ਮੇਰੀ ਮਾਂ ਨੇ ਫਿਲਮ ਦੇਖੀ ਤੇ ਕਦੇ ਮੈਨੂੰ ਦੇਖਿਆ ਕਰੇ ਕਦੇ ਉਧਰ ਦੇਖਿਆ ਕਰੇ ਵੀ ਉਧਰ ਵੀ ਜੋਗਰਾਜ ਦੇਖਦਾ ਤਾਂ ਮੈਨੂੰ ਕਹਿੰਦੀ ਕਹਿੰਦੀ ਤੂੰ ਬੜਾ ਭੈਣਾ ਤੂੰ ਤੇ ਇੰਨੇ ਬੰਦੇ ਮਾਰੀ ਤੁਰ ਜਨ ਮੈਂ ਤਾਂ ਖਦਾ ਰਹੀ ਸੀ ਸੋ ਐਦਾਂ ਦੀ ਉਹ ਮੈਨੂੰ ਬੜੇ ਅੱਛੇ ਲੱਗਦੇ ਆ ਪਾਲਕ ਉਹ ਭੋਲਾਪਨ ਸੀ ਬਜ਼ੁਰਗਾਂ ਚ ਹਾਂਜੀ ਮਾਤਾ ਜੀ ਨੇ ਉਹ ਚੀਜ਼ ਨੂੰ ਬੜਾ ਪਸੰਦ ਕੀਤਾ ਤੇ ਮੈਨੂੰ ਪੁੱਛ ਵੀ ਉਹਨਾਂ ਨੇ ਕੀਤਾ ਹਾਲਾਂਕਿ ਉਹ ਕਿਹੜੀ ਫਿਲਮ ਦੇਖੀ ਸੀ ਜਿਹੋਨਾਂ ਨਾਲ ਬੈਠ ਕੇ ਅ ਬਦਲਾ ਜੱਟੀ ਦਾ ਉਹਦੇ 'ਚ ਸੁਨੀਤਾ ਧੀਰ ਹੋਰਾਂ ਦਾ ਵੀ ਕਮਾਲ ਦਾ ਕੰਮ ਸੀ ਹਾਂਜੀ ਹਾਂਜੀ ਉਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਮੈਂ ਸਮਝਦਾ ਉਸ ਟਾਈਮ ਤੇ ਅ ਸੁਨੀਤਾ ਧੀਰ ਜੀ ਅ ਹੁੰਦੇ ਜਾਂ ਅਰਪਨਾ ਚੌਧਰੀ ਜੀ ਹੁੰਦੇ ਜਾਂ ਕੋਈ ਵੀ ਹੁੰਦੇ ਉਹ ਕਲਾਸਿਕ ਰੋਮਾਂਸ ਨੂੰ ਨਭਾਇਆ ਬਹੁਤ ਵਧੀਆ ਔਰ ਉਹ ਲੱਗਦੇ ਵੀ ਸੀ ਵੀ ਉਸ ਟੱਕਰ ਦੀ ਚੀਜ਼ ਲੱਗਦੀ ਵੀ ਸੀ ਹਾਂਜੀ ਦੋਸਤੋ ਇਸ ਸਮੇਂ ਤੁਸੀਂ ਯੋਗਰਾਜ ਸਿੰਘ ਹੋਰਾਂ ਦੇ ਨਾਲ ਸਾਡੀ ਅੱਜ ਦੀ ਇਹ ਮੁਲਾਕਾਤ ਪ੍ਰਾਈਮੇ ਸ਼ਾ ਟੈਲੀਵਿਜ਼ਨ ਤੋਂ ਵੇਖ ਤੁਹਾਨੂੰ ਇਹ ਸਾਡੀ ਬੁਲਾਕਾਤ ਕਿਵੇਂ ਲੱਗ ਰਹੀ ਹੈ ਇਸ ਸਬੰਧੀ ਸਾਡੇ ਤੱਕ ਆਪਣੀ ਉਸਾਰੂ رائے ਜ਼ਰੂਰ ਭੇਜਿਓ ਅਸੀਂ ਉਡੀਕ ਵਿੱਚ ਰਹਾਂਗੇ ਫਿਲਹਾਲ ਸਮਾਂ ਬ੍ਰੇਕ ਦਾ ਹੈ ਇਫ ਯੂ ਲਾਈਕ ਥਿਸ ਵੀਡੀਓ ਪਲੀਜ਼ ਸਬਸਕ੍ਰਾਈਬ ði ਚੈਨਲ ਲਾਈਕ ਐਂਡ ਸ਼ੇਅਰ ਥਿਸ ਵੀਡੀਓ ਪ੍ਰਾਇਮੇਸ਼ਾ ਟੈਲੀਵਿਜ਼ਨ ਤੋਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਵਾਰ ਫੇਰ ਤੁਹਾਨੂੰ ਜੀ ਆਨਿ ਆਖ ਰਹਾ ਹਾਂ ਅੱਜ ਸਾਡੇ ਮਹਿਮਾਨ ਹਨ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹਨ ਯੋਗਰਾਜ ਸਿੰਘ ਆਪਣਾ ਲੰਬਾ ਤਜਰਬਾ ਅਤੇ ਤਜਰਬੇ ਦੀਆਂ ਬਹੁਤ ਸਾਰੀਆਂ ਉਹ ਗੱਲਾਂ ਬਾਤਾਂ ਜਿਸ ਤੋਂ ਸ਼ਾਇਦ ਤੁਸੀਂ ਵਾਕਫ ਨਾ ਹੋਵੋ ਉਹ ਅੱਜ ਸਾਡੇ ਤੁਹਾਡੇ ਨਾਲ ਸਾਡੇ ਇਸ ਚੈਨਲ ਦੇ ਜ਼ਰੀਏ ਸਾਂਝੀਆਂ ਕਰ ਰਹੇ ਨੇ ਯੋਗਰਾਜ ਸਿੰਘ ਜਦੋਂ ਉਹ ਤੁਹਾਡਾ ਯੋਗ ਸੀ ਜਿਸ ਦੇ ਵਿੱਚ ਤੁਸੀਂ ਸੀ ਗੁੱਗੂ ਗਿਲ ਸੀ ਲੰਬਾ ਸਮਾਂ ਉਹ ਚੱਲਦਾ ਰਿਹਾ ਇਹ ਕਦੋਂ ਕ ਤੱਕ ਤੇ ਕਿੰਨੇ ਕ ਵਾਰੇ ਚਲੇ ਆ ਤੇ ਕਦੋਂ ਕ ਪਲਟੀ ਆਈ ਜੀ ਜੇ ਮਹਾ ਭਾਰਤ ਦੇ ਵਿੱਚ ਸ਼ੁਗਨੀ ਨਾਲ ਨਾ ਹੁੰਦਾ ਹੂੰ ਤਾਂ ਮਹਾ ਭਾਰਤ ਨਹੀਂ ਸੀ ਹੋਣੀ ਕਦੇ ਜੀ ਮੈਂ ਤਾਂ ਗੁੱਗੂ ਜਦ ਬਹੁਤ ਬੁਲੰਦੀਆਂ ਤੇ ਚਲੇ ਗਏ ਬੜੀ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਚਾਹੁੰਦਾ ਸੀ ਵੀ ਹੁਣਾ ਜਿਹੜੇ ਮਾੜੇ ਬੰਦੇ ਨੇ ਤੋਂ ਪਾਸੇ ਹੋ ਜਾਈਏ ਕਿਉਂਕਿ ਮਾੜਾ ਚੰਗਾ ਹਰ ਜਗ੍ਹਾ ਹੁੰਦਾ ਪਰ ਉਸ ਵੇਲੇ ਅਕਬਾਲ ਸਿੰਘ ਢਿੱਲੋਂ ਵਰਗੇ ਆਹ ਸਰندرワਲੀ ਵਰਗੇ ਆ ਰਵਿੰਦਰ ਰਵੀ ਵਰਗੇ ਆਹ ਭੂਸ਼ਣ ਮਦਾਨ ਵਰਗੇ ਇਹਨਾਂ ਨੇ ਸਮਝਿਆ ਵੀ ਖਾਸ ਕਰ ਇਕਬਾਲ ਸਿੰਘ ਢਿੱਲੋਂ ਇਹ ਬੜਾ ਵੱਡਾ ਸ਼ੁਗਨਿਆ ਪੰਜਾਬੀ ਫਿਲਮ ਇੰਡਸਟਰੀ ਦਾ ਇਹ ਨੇ ਜੀ ਲਾ ਲਾ ਕੇ ਤੀਸੀ ਮਾਰ ਮਾਰ ਕੇ ਗੁੱਗੂ ਨੂੰ ਕਹਿਣਾ ਉਹ ਲਾਇਬ ਯੋਗਰਾਜ ਖਾ ਗਿਆ ਆਪਾਂ ਨੂੰ ਪਲਾਨਾ ਕਰ ਗਿਆ ਤੇ ਸੱਚੇ ਆ ਅੱਜ ਜੋ ਮਰਜੀ ਝੂਠ ਬੋਲੀ ਜਾਈਏ ਤੇ ਕਰ ਕਰਕੇ ਕਰ ਕਰਕੇ ਕੁਝ ਮੈਨੂੰ ਲੱਗਣ ਲੱਗ ਗਿਆ ਸੀ ਵੀ ਕੰਮ ਖਰਾਬ ਹੁੰਦਾ ਜਾਂਦਾ ਵੀ ਸਾਡੇ ਭਾਈਚਾਰੇ ਦੇ ਵਿੱਚ ਫਰਕ ਪੈਂਦਾ ਮਹਿਸੂਸ ਕਰ ਲੱਗ ਪਿਆ ਸੀ ਸਾਨੂੰ ਬਹੁਤ ਪਿਆਰ ਕਰਦੀ ਸੀ ਤੋਂ ਉਹਨਾਂ ਨੂੰ ਮੈਂ ਤਾਂ ਗੁੱਗੂ ਨੂੰ ਔਰ ਮੈਂ ਅੱਜ ਵੀ ਉਹਨੂੰ ਬਹੁਤ ਇਸ਼ਕ ਕਰਦਾ ਬੜਾ ਪਿਆਰ ਕਰਦਾ ਕੋਈ ਸ਼ੱਕ ਨਹੀਂ ਲੇਕਿਨ ਉਸ ਟਾਈਮ ਤੇ ਸ਼ਾਇਦ ਹਰ ਇੱਕ ਹੀਰੋ ਨੂੰ ਕੋਈ ਵੀ ਹੁੰਦਾ ਗੁੱਗੂ ਦੀ ਜਗ੍ਹਾ ਉਹਨੂੰ ਲੱਗਦਾ ਵੀ ਯਾਰ ਮੈਂ ਹੀਰੋ ਹਾਂ ਤੇ ਵਿਲਨ ਦੀ ਗੱਲਬਾਤ ਕਿਉਂ ਹੁੰਦੀ ਹੈ ਜਾਂਦੀ ਤਾਂ ਮੈਂ ਬੜਾ ਬਥੇਰਾ ਸਮਝਾਇਆ ਬਹੁਤ ਕਿਹਾ ਪਰ ਸ਼ਾਇਦ ਬਾਈ ਨੂੰ ਉਦੋਂ ਗੱਲ ਮੇਰੀ ਸਮਝ ਨਹੀਂ ਆਈ ਤੇ ਹੌਸਲ ਕਹਿੰਦੀ ਕਹਿੰਦੀ ਮੇਰੀ ਮਦਰ ਡਰ ਗਈ ਮੈਂ ਦੱਸਦਾ ਰਪਈ ਔਰ ਮੈਂ ਹੀਰੋ ਬੰਨਣਾ ਨਹੀਂ ਚਾਹੁੰਦਾ ਸੀ ਮੈਨੂੰ ਬੜੇ ਪ੍ਰੋਡਿਊਸਰ ਕਹਿੰਦੇ ਸੀ ਮੈਂ ਕਹਿੰਦਾ ਨਹੀਂ ਵੀ ਮੇਰਾ ਬਾਈ ਹੀਰੋ ਹੈ ਮੈਂ ਵਿਲਨ ਅਸੀਂ ਇੱਦਾਂ ਹੀ ਚੱਲਣਾ ਖੈਰ ਉਸ ਤੋਂ ਬਾਅਦ ਵੀ ਅਲੱਗ ਹੋ ਗਏ ਅਲੱਗ ਵੀ ਬੜੇ ਪਿਆਰ ਨਾਲ ਹੋਏ ਕੋਈ ਅਸੀ ਗੱਲ ਨਹੀਂ ਜਉਣਾ ਮੋੜ ਦੇ ਵਿੱਚ ਅਸੀਂ ਅਲੱਗ ਹੋ ਗਏ ਅਸੀਂ ਉਸ ਤੋਂ ਬਾਅਦ ਆਪਣਾ ਆਪਣੀ ਰਾਹ 'ਤੇ ਤੁਰ ਪਏ ਬੜਾ ਨੁਕਸਾਨ ਹੋਇਆ ਫਿਲਮ ਇੰਡਸਟਰੀ ਦਾ ਐਕਚੁਅਲੀ ਮੈਨੂੰ ਹੀਰੋ ਬਣਨਾ ਪਿਆ ਮੈਨੂੰ ਆਪਣੇ ਸਾਹਮਣੇ ਚਾਰ-ਚਾਰ ਵਿਲਨ ਖੜੇ ਕਰਨੇ ਪਏ ਉਹ ਵੀ ਦੌਰ ਠੀਕ ਹੋ ਗਿਆ ਉਹ ਇੱਥੇ ਤੱਕ ਦੌਰ ਹੋ ਗਿਆ ਵੀ ਸਾਡੇ ਚ ਬੋਲ ਚਾਲ ਵੀ ਬੰਦ ਹੋ ਗਈ ਅੱਛਾ ਜੀ ਲੇਕਿਨ ਮੈਨੂੰ ਅ ਕਿਉਂਕਿ ਕਹਿੰਦੇ ਸਿਆਣਾ ਹੁੰਦਾ ਜਿਹੜਾ ਬਦਰਾ ਬਦਲੇ ਮੈਂ ਉਹ ਦਰਾ ਪਾਸੇ ਕਰ ਲਿਆ ਸੀ ਅੱਛਾ ਫਿਰ ਇੱਕ ਵਾਰੀ ਬਾਈ ਜੀ ਜਿਉਂਦੇ ਸੀ ਬਾਈ ਜੀ ਗੁੱਗੂ ਉਹਨਾਂ ਦੇ ਪਿਤਾ ਜੀ ਅ ਬਾਈ ਰੂਪੀ ਬਾਈ ਭੁਪਿੰਦਰ ਦੇਵਿੰਦਰ ਹੁਣੀ ਮੈਨੂੰ ਉਹ ਪੰਜਵਾਂ ਪੁੱਤ ਮਾ ਨਹੀਂ ਖੇੜੇ ਦਾ ਅੱਛਾ ਅੱਛਾ ਜੀ ਤੇ ਮੈਨੂੰ ਫਿਰ ਸੁਨੇਹਾ ਆਇਆ ਰਿਮੈਂਬਰ ਰਵੀ ਹੁਣੀ ਮੈਨੂੰ ਲੈ ਕੇ ਗਏ ਅੱਛਾ ਜੀ ਵੀ ਬਾਈ ਜੀ ਮੇਰੇ ਕੋ ਵੀ ਤੁਹਾਨੂੰ ਬਾਈ ਬਾਈ ਖਿੜੇ ਮਾਨੀ ਖਿੜੇ ਬੁਲਾਇਆ ਮਿਲਣਾ ਚਾਹੁੰਦੇ ਮੇਰੇ ਪੁੱਤ ਨੂੰ ਲੈ ਕੇ ਆਉ ਤੇ ਉਹਨਾਂ ਦਾ ਹੁਕਮ ਚਾਹੀਦਾ ਸੀ ਮਮੈਂਟ ਕਿ ਜਾਂਦਾ ਰਿਹਾ ਤੇ ਉਸ ਵੇਲੇ ਸਿਕੰਦਰਾ ਫਿਲਮ ਦਾ ਸਕ੍ਰਿਪਟ ਚੱਲ ਰਿਹਾ ਸੀ ਤੇ ਮੈਨੂੰ ਬਾਈ ਜੀ ਕਹਿੰਦੇ ਬੇਟਾ ਪੁੱਤ ਹੁਣ ਐਦਾਂ ਵੀ ਹੁਜੂ ਹੋ ਗਿਆ ਹੋ ਗਿਆ ਤੁਸੀਂ ਦੋਨੋਂ ਭਰਾ ਇਕੱਠੇ ਹੋ ਮੈਂ ਕਹਾਂ ਜੀ ਮੈਂ ਤਾਂ ਮਰਦੇ ਦਮ ਤੱਕ ਮੈਂ ਇਸ ਘਰ ਦੇ ਰਹਿਣਾ ਥੋਡੇ ਰਹਿਣਾ ਪਰ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਸਾਨੂੰ ਲਾ ਜਾ ਕੇ ਮੈਂ ਕਹਾ ਬਾਈ ਜੀ ਪਹਿਲਾਂ ਇੱਥੇ ਪੰਚਾਇਤ ਲਾਓ ਔਰ ਇਹ ਦੱਸੋ ਵੀ ਮੈਂ ਗਲਤ ਕਿੱਥੇ ਸੀ ਉਹ ਕਹਿੰਦੇ ਤੂੰ ਕਿਤੇ ਗਲਤ ਨਹੀਂ ਸੀ ਮੈਂ ਕਹਾ ਮੈਂ ਅੱਜ ਵੀਰ ਨੂੰ ਇੰਨਾ ਹੀ ਪਿਆਰ ਕਰਦਾ ਮੇਰਾ ਪਿਛਲੇ ਜਨਮ ਦਾ ਵਿਛੜਿਆ ਪਰਿਵਾਰ ਆ ਮੈਂ ਨਾਲ ਮਰਦੇ ਦਮ ਤੱਕ ਨਾਲ ਰਹੂੰਗਾ ਪਰ ਮੈਨੂੰ ਇਹ ਦੱਸੋ ਵੀ ਇਹ ਇਹ ਫਰਕ ਕਿਉਂ ਪਿਆ ਇਹ ਫਰਕ ਇਸ ਕਰਕੇ ਪਿਆ ਕਿਉਂਕਿ ਆਪਾਂ ਸਾਰਿਆਂ ਨੇ ਟੱਕੜੀ ਨੂੰ ਬਰਾਬਰ ਨਹੀਂ ਤੋਲਿਆ ਮੈਂ ਕਹਾ ਜੋੜਾ ਮੋੜ ਫਿਲਮ ਬਣਾਈ ਮੈਂ ਕਹਾ ਤੁਸੀਂ ਗੁਰਕੀਰਤ ਨੂੰ ਲੈ ਕੇ ਮੈਨੂੰ ਮੈਨੂੰ ਬਾਹਰ ਕੱਢਤਾ ਇਹ ਕਹਿ ਕੇ ਕਿ ਯੋਗਰਾਜ ਸਿੰਘ ਅੱਗੇ 20000 ਐਕਟਰ ਹੋਰ ਪੈਦਾ ਕਰ ਦੇਗਾ ਮੈਂ ਕਹਾ ਇੱਕ ਮਡ ਦੇਰੀ ਹੁੰਦੇ ਪਰ ਬਾਈ ਜੀ ਮੈਂ ਕਹਿੰਦਾ ਮੈਨੂੰ ਗੱਲ ਦੱਸੋ ਕਹਿੰਦੇ ਪੁੱਤ ਮੈਂ ਤੈਨੂੰ ਕਹਿਤਾ ਉਹਨਾਂ ਨੇ ਮੈਨੂੰ ਹੱਕ ਨਾ ਲਾਇਆ ਬਾਈ ਗੁੱਗੂ ਨੇ ਮੈਨੂੰ ਹੱਕ ਨਾ ਲਾਇਆ ਮਾਂ ਨਹੀਂ ਖੜੇ ਮੈਂ ਬੈਠਾ ਸੀ ਫਿਲਮ ਸ਼ੁਰੂ ਹੋ ਗਈ ਮੈਂ ਤਾਂ ਵੈਸੇ ਭੁੱਲ ਜਾਨਾ ਉਹਨੇ ਮੈਨੂੰ ਅੱਜ ਵੀ ਕੋਈ ਮलाल ਨਹੀਂ ਪਰ ਤੁਸੀਂ ਗੱਲ ਕੀਤੀ ਸੀ ਕਿ ਪੰਜਾਬੀ ਇੰਡਸਟਰੀ ਦਾ ਫਿਰ ਟੁੱਟੀ ਕਿਵੇਂ ਮੈਂ ਉਹਦਾ ਜਵਾਬ ਤੁਹਾਨੂੰ ਜੀ 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 ਸੋ ਉਹ ਫਿਰ ਉਸ ਤੋਂ ਬਾਅਦ ਅਸੀਂ ਫਿਲਮ ਸ਼ੁਰੂ ਕੀਤੀ ਉਹ ਫਿਰ ਫਿਲਮ ਵਿੱਚ ਬੰਦ ਹੋ ਗਈ ਅੱਛਾ ਮੈਂ 8 ਲੱਖ ਰੁਪਈਆ ਰਵਿੰਦਰ ਰਵੀ ਨੂੰ ਕੱਢ ਕੇ ਦਿੱਤਾ ਬੀਬੀ ਲੋਕੀ ਕਹਿਣ ਲੱਗੇ ਯੋਗਰਾਜ ਸਿੰਘ ਗੁੱਗੂ ਗੇਲ ਫੇਰ ਇਕੱਠ ਪੈਸੇ ਦਿੱਤੇ ਉਹ 8 ਲੱਖ ਰੁਪਇਆ ਮੇਰਾ ਵੀ ਚਲ ਤੂੰ ਨਾ ਦੇ ਤੂੰ ਦੇਣਦਾਰ ਹੈ ਰੱਬ ਜਾਣੇ ਆਪੇ ਲੈ ਲੂ ਰੱਬ ਤੇ ਤੂੰ ਜੀ 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 ਵੀ ਆ ਯੋਗਰਾਜ ਸਿੰਘ ਮੈਨੂੰ ਕਹਿੰਦਾ ਸੀ ਵਾਪਸ ਕਰ ਦੂੰਗਾ ਮੈਂ ਚਲੋ ਕੋਈ ਗੱਲ ਨਹੀਂ ਉਹਨੇ ਮੇਰੀ ਡਬਿੰਗ ਚੱਕ ਕੇ ਸ਼ਿਵਿੰਦਰ ਮਾਲ ਤੋਂ ਕਰਾ ਲਈ ਪਹਿਲਾਂ ਤਾਂ ਸ਼ਿਵਿੰਦਰ ਮਾਲ ਨੂੰ ਇਹ ਪੁੱਛਾਂ ਮੈਂ ਤੂੰ ਤੁਸੀਂ ਪੁੱਛੋ ਸਾਰੇ ਵੀ ਇੱਕ ਐਕਟਰ ਦੀ ਜਿਹਦੀ ਐਡੀ ਬਲੰਦ ਆਵਾਜ਼ ਹੈ ਤੂੰ ਡਬਿੰਗ ਕੀਤੀ ਤਾਂ ਕੀਤੀ ਕਿਉਂ ਹੋਇਆ ਕਿ ਉਹ ਸਿਕੰਦਰ ਆ ਫਿਲਮ ਫਲॉप ਹੋ ਗਈ ਫਿਲਮ ਖਤਮ ਹੋ ਗਈ ਉਧਰ ਗਿਆ ਗੂਗਲ ਤੋਂ ਕਰ ਗਿਆ ਯੋਗਰਾਜ ਸਿੰਘ ਖਤਮ ਹੋ ਗਿਆ ਚੈੱਕ ਯੂਵੀ ਖੇਡਣ ਲੱਗ ਗਿਆ ਮੈਂ ਧਿਆਨ ਆਪਣੇ ਯੂਵੀ 'ਤੇ ਦਿੱਤਾ 12 ਸਾਲ ਦਾ ਪੈਂਡਾ 12 ਸਾਲ ਬਾਅਦ ਬਿਲਕੁਲ ਬਿਲਕੁਲ 12 ਸਾਲ ਦੇ ਵਿੱਚ ਫੇਰ ਸਿੰਗਰ ਆ ਗਏ ਗਿੱਪੀ ਹੋਣੀ ਆ ਗਏ ਦਿਲਜੀਤ ਹੋਣੀ ਆ ਗਏ ਦੁਬਾਰਾ ਸਿਨੇਮਾ ਸ਼ੁਰੂ ਹੋਇਆ ਸ਼ੁਕਰ ਹੈ ਮਹਾਰਾਜ ਦਾ ਮਹਾਰਾਜ ਇਹਨਾਂ ਨੂੰ ਭਾਗ ਲਾਵੇ ਸਾਰਿਆਂ ਨੂੰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਤੇ ਚਲੋ ਮੈਂ ਸੋਚਿਆ ਵੀ ਆਪਣਾ ਕੰਮ ਖਤਮ ਹੋ ਗਿਆ ਯੂਵੀ ਖੇਡ ਰਿਹਾ ਯੂਵੀ ਤੇ ਧਿਆਨ ਦਿੰਦੇ ਸੀ ਉਹ ਸਡਰਲੀ ਫੇਰ ਇੱਕ ਗੱਲ ਕਰਦੇ ਕਰਦੇ ਮੈਂ ਕਿਹਾ ਵੀ ਯੋਗਰਾਜ ਸਿੰਘ ਹੁਣ ਇਦਾਂ ਹੈ ਵੀ ਪਰਿਵਾਰ ਤਾਂ ਪਹਿਲਾਂ ਵੀ ਜਾਂਦਾ ਰਿਹਾ ਤੇ ਦੂਜੇ ਵਾਲੇ ਅਮਰੀਕਾ ਬਹਿ ਗਏ ਤੇ ਪਤਾ ਨਹੀਂ ਮੈਨੂੰ ਕਿਸੇ ਨੇ ਸੱਦਣਾ ਹੈ ਕਿ ਨਹੀਂ ਸੱਦਣਾ ਕੱਲਾ ਤੂੰ ਹੈਗਾ ਪਤਾ ਨਹੀਂ ਕੱਲ ਨੂੰ ਮੈਨੂੰ ਬੁਲਾਉਣਾ ਹੈ ਕਿਸੇ ਨੇ ਕਿ ਨਹੀਂ ਬੁਲਾਉਣਾ ਚੱਲ ਪੈਗਾ ਬੜਾ ਭਗਤੀ ਕਰੀਏ ਮਾ ਜੀ ਚੰਬੇ ਘਰ ਬਣਾਇਆ ਫਰਸਟ ਕਲਾਸ ਭਗਤੀ ਦਾ ਘਰ ਤੇ ਮੈਂ ਟੈਕੀ ਟੂਚੀ ਲੈ ਕੇ ਜਾਂ ਗੱਡੀ 'ਚ ਤੁਰਨ ਲੱਗਿਆ ਤੇ ਉਧਰੋਂ ਦੀ ਮੈਨੂੰ ਟੈਲੀਫੋਨ ਆਇਆ ਕੀਤਾ ਸੀ ਫੋਨ ਆਇਆ ਬੰਬੇ ਤੋਂ ਅੱਛਾ ਅਬ ਰਜੀਵ ਟੰਡਨ ਜੀ ਦਾ ਕਹਿੰਦੇ ਮੈਂ ਟੰਡਨ ਸਾਹਿਬ ਬੋਲ ਰਿਹਾ ਤੇ ਕੇਸ਼ੋਪ ਪ੍ਰਕਾਸ਼ ਮਹਿਰਾ ਜੀ ਫਿਲਮ ਬਣਾ ਰਹੇ ਭਾਗ ਮਿਲਖਾ ਭਾਗ ਬਹੁਤ ਅੱਛੀ ਫਿਲਮ ਤੇ ਤੁਹਾਨੂੰ ਉਹਦੇ ਵਿੱਚ ਕੋਚ ਦਾ ਰੋਲ ਹੈ ਮੈਂ ਕਹਾ ਯਾਰ ਮੇਰਾ ਨਾ ਕੋਈ ਮੈਂ ਫੁੱਦੂ ਖਿੱਚੀ ਜਾਂਦਾ ਇਹ ਹੋ ਨਹੀਂ ਸਕਦਾ ਚਲੋ ਮੈਂ ਕਹਾ ਕੋਈ ਗੱਲ ਨਹੀਂ ਮੈਂ ਨੌਕਰ ਨੂੰ ਕਹਾ ਮੈਂ ਪੰਪ ਤੇ ਚਾਬੀਆਂ ਫੜਾਤੀਆਂ ਮੈਂ ਕਹਾ ਭਾਈਆ ਚਾਬੀਆਂ ਦੇ ਦਿਓ ਘਰ ਦੇ ਨੂੰ ਉਹਨਾਂ ਨੂੰ ਜਾਇਦਾਦ ਪੈਸਾ ਚਾਹੀਦਾ ਉਹਨਾਂ ਮੇਰੇ ਤੋਂ ਕੀ ਲੈਣਾ ਵੀ ਮੈਂ ਪੁੱਤ ਜਨਾਬ ਮੋਹਣ ਮੁੰਡਾ ਹੈਗਾ ਉਹ ਮੇਰੇ ਪਾਲਿਆ ਮੈਂ ਬਚਪਨ ਤੋਂ ਮੈਂ ਮੋਂ ਜੇ ਮੈਂ ਨਾ ਆਇਆ ਤਾਂ ਮੈਂ ਕਿ ਮਨ ਲੱਭਣ ਨਹੀਂ ਉਹ ਰੋ ਪਿਆ ਅੱਛਾ ਕਹਿੰਦਾ ਬਾਈ ਜੀ ਮੇਰੇ ਕਹੇ ਤੇ ਇੱਕ ਦਿਨ ਹੋਰ ਰੁਕ ਜੀ ਅੱਛਾ ਰੋਕ ਗਏ ਉਹ ਵੀ ਗੱਡੀ ਦੀ ਚਾਬੀ ਕੱਢ ਲਈ ਰੁਕ ਗਏ ਪੰਪ ਤੇ ਮੈਂ ਰੁਕ ਗਿਆ ਜੀ ਮੈਂ ਗੱਡੀ ਚਾਬੀ ਕੱਢ ਲਈ ਜਾਣ ਨਹੀਂ ਦੇਣਾ ਤੇ ਉਹ ਕਹਿੰਦੇ ਸੀ ਅਸੀਂ ਅਗਲੇ ਦਿਨ ਆਉਣੇ ਆ ਉਹ ਜੀ ਲੈਂਡ ਕਰ ਗਏ ਮੇਰੇ ਕੋਲ ਪੰਪ ਤੇ ਆ ਗਏ ਪੰਪ ਤੇ ਆ ਗਏ ਮੇਰੇ ਕੋਲ ਉਹਨੂੰ ਪੈਸੇ ਪੂਸੇ ਫਲੋਂ ਮੈਂ ਬਹੁਤ ਟੁੱਟਿਆ ਸੀ ਜਾਇਦਾ ਤਾਂ ਬਿੱਗੀਆਂ ਬੁਰਾ ਹਾਲ ਬਾਂਕੇ ਦਿਹਾੜੇ ਨਾ ਸਾਲਾ ਰੋਟੀ ਖਾਣ ਨੂੰ ਪੰਪ ਤੇ ਮੈਂ ਸੰਦਾ ਸੀ ਮਤਲਬ ਇਹ ਦੇਖ ਲਓ ਵੀ ਅਰਸ਼ਾ ਤੋਂ ਫਰਸ਼ ਵਾਲੀ ਗੱਲ ਹੈ ਤੇ ਫਰਸ਼ਾ ਅੱਛਾ ਮੈਂ ਕਦੇ ਚੈੱਕ ਵੱਲ ਦੇਖਾਂ ਕਦੇ ਉਹ ਦੇਖਾਂ ਮੇਰੀ ਜੀ ਜੀ ਕਹਿੰਦੇ ਸ਼ੂਟਿੰਗ ਸ਼ੁਰੂ ਹੈ ਪਰਸੋਂ ਤੋਂ ਤੇ ਫਰਾਨ ਅਖਤਰ ਨੂੰ ਤੁਸੀਂ ਟ੍ਰੇਨ ਕਰਨਾ ਹੈ ਅੱਛਾ ਆਓ ਟੀਮ ਬਣਾ ਦਈਏ ਤੁਸੀਂ ਆ ਜਾਓ ਤੁਹਾਨੂੰ ਵੀ ਕਰਨਾ ਜੀ ਉਹ ਦੇਖੋ ਰੱਬ ਦੇ ਰੰਗ ਮੈਂ ਤੁਹਾਨੂੰ ਇਹ ਦੱਸਾਂ ਉਹ 5 ਲੱਖ ਰੁਪਏ ਮੈਂ ਜਮ੍ਹਾਂ ਕਰਾਇਆ ਜੀ ਜਦੋਂ ਨਾਲ ਮੇਰੀ ਮਾੜੀ ਮੋਟੀ ਰੋਟੀ ਚੱਲੀ ਪਰ ਕਿਸੇ ਮਾਈ ਦੇ ਲਾਂ ਉਸ ਦੌਰਾਨ ਚ ਮੈਨੂੰ ਜ਼ਿੰਦਗੀ ਚ ਆ ਕੇ ਰੋਟੀ ਨਹੀਂ ਪੁੱਛੀ ਕਿਸੇ ਨੇ ਨਹੀਂ ਪੁੱਛਿਆ ਤੂੰ ਮਰਦਾਂ ਕਿ ਜਿਉਣਾ ਚਲੋ ਵੀ ਰੱਬ ਨੇ ਦਿਖਾਉਣਾ ਸੀ ਨਾਲ ਰੱਬ ਨੇ ਜੋਗਾ ਅੱਛਾ ਆ ਜਿਹੜੀ ਰੋਟੀ ਵਾਲੀ ਤੁਸੀਂ ਗੱਲ ਕੀਤੀ ਹੈ ਮੈਂ ਇੱਥੇ ਹੀ ਫੇਰ ਆਉਣਾ ਚਾਹੁੰਦਾ ਹਾਂ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਬਹੁਤ ਲੰਮਾ ਅਰਸਾ ਪੰਜਾਬੀ ਅਦੀ ਪੰਜਾਬੀ ਫਿਲਮਾਂ ਦੇ ਵਿੱਚ ਕਮਾਲ ਦੀ ਅਦਾਕਾਰੀ ਕੀਤੀ ਸतीश ਕੋਲ ਦਾ ਵੀ ਜ਼ਿਕਰ ਉਹਨਾਂ ਵਿੱਚੋਂ ਇੱਕ ਹੈ ਤੁਸੀਂ ਉੱਥੇ ਵੀ ਜਾ ਕੇ ਆਹ ਦਾ ਨਾਰਾ ਬਹੁਤ ਸਾਰੇ ਹੋਰ ਵੀ ਅਦਾਕਾਰ ਨੇ ਪੰਜਾਬੀ ਕਲਾਕਾਰ ਵੀ ਨੇ ਜਿਨ੍ਹਾਂ ਦਾ ਬੁੜਾਪਾ ਉਹ ਰੋੜ ਰੋੜ ਕੇ ਮਰਦੇ ਆ ਪਰ ਮਰ ਰਹੇ ਨੇ ਮਰ ਰਹੇ ਨੇ ਤੁਹਾਡੀ ਫਿਲਮਾ ਇੰਡਸਟਰੀ ਇੰਨੀ ਨਹੀਂ ਕਿ ਹੁਣ ਮਰੀ ਖਾਪੀ ਨਹੀਂ ਬਹੁਤ ਜਾਨਦਾਰ ਹੋ ਗਈ ਹੈ ਸ਼ਾਨਦਾਰ ਹੋ ਗਈ ਹੈ ਬਹੁਤ ਲੋਕ ਪੈਸਾ ਬਣਾ ਰਹੇ ਨੇ ਉਹ ਕਲਾਕਾਰ ਮਿਲ ਕੇ ਕੋਈ ਉਹਨਾਂ ਦੀ ਹਮਦਦ ਕਰਦੇ ਜਾਂ ਸਰਕਾਰਾਂ ਕੋਈ ਮਦਦ ਕਰਦੀਆਂ ਨੇ ਕਿੱਥੇ ਖੜੇ ਨਹੀਂ ਸਾਰੇ ਇਹ ਅੱਜ ਜਦੋਂ ਤੁਸੀਂ ਇਹਨਾਂ ਲਫ਼ਜ਼ ਬੋਲੇ ਨਾ ਟੁੱਟੀ ਫਿਲਮ ਇੰਡਸਟਰੀ ਕਾਸ਼ ਇਹ ਮੇਰੀ ਫਿਲਮ ਇੰਡਸਟਰੀ ਹੁੰਦੀ ਇਹ ਫਿਲਮ ਇੰਡਸਟਰੀ ਦੀ ਬਰਾਦਰੀ ਹੈ ਮੈਂ ਤੈਨੂੰ ਆਪਣੀ ਬਰਾਦਰੀ ਕਹਿੰਦਾ ਦੁੱਖ ਭਰੀ ਗੱਲ ਹੈ ਔਰ ਮੈਂ ਬੁਲੰਦ ਆਵਾਜ਼ 'ਚ ਗੱਲ ਕਹਿੰਦਾ ਕੋਈ ਕਲਾਕਾਰ ਕਿਸੇ ਕਲਾਤਾਰ ਨੂੰ ਦੇਖ ਕੇ ਰਹਿ ਜੀ ਨਹੀਂ ਸੱਚੀ ਕੋਈ ਪ੍ਰੋਡਿਊਸਰ ਪ੍ਰੋਡਿਊਸਰ ਨੂੰ ਦੇਖ ਕੇ ਰਹਿ ਜੀ ਨਹੀਂ ਇਹ ਉਹ ਕੱਟ ਥ੍ਰੋਟ ਇੰਡਸਟਰੀ ਹੈ ਗਰੀ ਜੀ ਦਾ ਲੱਗਦਾ ਵੀ ਪਟੀ ਸੁਰਾ ਮਾਰਨ ਆਲੇ ਆ ਪਰਮਿੰਦਰ ਭਾਜੀ ਪੀਟੀਸੀ ਅਵਾਰਡ ਤੇ ਕਹਿ ਕੇ ਗਏ ਸੀ ਅੱਜ ਤੋਂ 6 ਸਾਲ ਪਹਿਲਾਂ ਤੇ ਪੰਜ ਕੁਲੇ ਹੋਏ ਅਸੀਂ ਔਰ ਗੱਲ ਸੱਚ ਹੈ ਜੀ ਕੋਈ ਕਹੇਦਾ ਨਹੀਂ ਲੋਕ ਕੀ ਦਵਾਵਾ ਕਰਦੇ ਨੇ ਐਕਟਰ ਵੀ ਯੋਗਰਾਜ ਸਿੰਘ ਦਾ ਐਕਸੀਡੈਂਟ ਹੋਵੇ ਮਰੇ ਤੇ ਪਾਸੇ ਉਹ ਵੀ ਸਾਡੇ ਦਾ ਫੇਰ ਨਾਮ ਹੋ ਗਿਆ ਸੱਚੀ ਮੈਂ ਜੀ ਤੁਹਾਨੂੰ ਜਿਹੜੀ ਗੱਲ ਕਰ ਬੁਲੰਦਵਾਸ ਚ ਕਹਿ ਰਿਹਾ ਤਾਂ ਸੁਣੋ ਹੂੰ ਪ੍ਰੋਡਿਊਸਰ ਦੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਪੰਜਾਬੀ ਅਗਲੇ ਜਾ ਕੇ ਕਾਲੇ ਕੁੱਤੇ ਨੂੰ ਘਾ ਪਾ ਤੇ ਗਾਂ ਨੂੰ ਕੁਛ ਪਾ ਤੇ ਫਰਾਨਾ ਕੁਛ ਵੀ ਅੱਜ ਹੋ ਵੀ ਪੜਤ ਕਹਿੰਦੇ ਕਰਦੇ ਨੇ ਵੀ ਇਹਦੀ ਫਿਲਮ ਫਲॉप ਹੋ ਜੇ ਔਰ ਫਿਲਮ ਫਲॉप ਹੁੰਦੀ ਹੈ ਮੈਂ ਲੋਕਾਂ ਨੂੰ ਚੀਅਰਸ ਕਰਦੇ ਦੇਖਿਆ ਕਹਿੰਦੇ ਸਵਾਦ ਹੈਗਾ ਸਾਲਾ ਮਰ ਗਿਆ ਆ ਸਾਡੀ ਫਿਲਮ ਇੰਡਸਟਰੀ ਦਾ ਹਾਲ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਤੁਸੀਂ ਭਾਲਦੇ ਹੋ ਵੀ ਜ਼ਿੰਦਗੀ ਵਿੱਚ ਬੁੜਾਪੇ ਦਾ ਕਿਸੇ ਦਾ ਸਹਾਰਾ ਇਹ ਤਾਂ ਹੁਣ ਜਵਾਨੀਆਂ ਚ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਅਧ ਖੜ ਦੀ ਉਮਰ ਚ ਬਰਦਾਸ਼ਤ ਨਹੀਂ ਕਰਦੇ ਮੈਂ ਸਾਡੇ ਬਰਾਬਰ ਦੇ ਮੈਨੂੰ ਬਰਦਾਸ਼ਤ ਕੌਣ ਕਰੇ ਵੀ ਹਰ ਹਫਤੇ ਦੀ ਫਿਰਨੂਲਿਸ ਹੋ ਰਹੀ ਹੈ ਤੁਹਾਡਾ ਕੀ ਖਿਆਲ ਹੈ ਕੋ ਰਾਤ ਨੂੰ ਸੌਂਦਾ ਹੋਣਾ ਮੈਂ ਤੁਹਾਨੂੰ ਨਾਂ ਗਿਣਾ ਸਕਦਾ ਹਾਂ ਨਾ ਬੰਦਿਆਂ ਦੇ ਜਿਹੜੇ ਬੰਦੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਸਾਲਾ ਇਹ ਮਾਰਗ ਮੁੱਕ ਗਿਆ ਸੀ ਫਿਰ ਬਾਹਰ ਕੱਢਿਆ ਫਿਰ ਆ ਗਿਆ ਇਹ ਫਿਰ ਆ ਗਿਆ ਇਹ ਤਾਂ ਉਹਦੀ ਵਡਿਆਈ ਹੈ ਉਹਦੀ ਕਿਰਪਾ ਹੈ ਨਹੀਂ ਸਾਡੀ ਇੰਡਸਟਰੀ ਤੱਕ ਕਿਸੇ ਨੂੰ ਜੀ ਮਰੇ ਨੂੰ ਕੋਈ ਮੁੱਝ ਪਾਣੀ ਨਾ ਪਾਵੇ ਮੈਂ ਗਸ਼ੇਰ ਕਿਹਾ ਸੀ ਕਿ ਕਿਆ ਹੁਆ ਕਿ ਮੈਂ ਸਾਰੇ ਜਹਾਂ ਕੋ ਗੁਲਿਸਤਾਨ ਬਣਾ ਸਕਾ ਕੁਝ ਭਾਰ ਕਮ ਹੀ ਕਰਤਾ ਗਿਆ ਗੁਜ਼ਰਾਂ ਜਿੱਧਰ ਸੇ ਮੈਂ ਇਹ ਬੀਨ ਸ਼ਰਮੇ ਹੋਣੀ ਸਾਰੇ ਸ਼ਿਵਿੰਦਰ ਮਾਲ ਹੋਣੀ ਮੇਰੇ ਲਿਆਂਦੇ ਨੇ ਮੇਰੇ ਤੇ ਚਲ ਮੈਂ ਤਾਂ ਕੌਣ ਗੁਰੂ ਮਹਾਰਾਜ ਪਰ ਕੋਈ ਜਬਾ ਕੋਈ ਜਲੇਗ ਨੇ ਕਦੇ ਇਹਨਾਂ ਨੇ ਮੰਨਿਆ ਨਹੀਂ ਹੁਣ ਕਹਿੰਦੇ ਨੇ ਗੁਜਰੀਆ ਬਣਦਾ ਹੁਣ ਕਹਿੰਦੇ ਨੇ ਕਿ ਹਾਂ ਜੀ ਸਾਨੂੰ ਬਾਈ ਨੇ ਲਿਆਂਦਾ ਉਹ ਵੀ ਪਿੱਠ ਪਿੱਛੇ ਮੂੰਹ ਤੇ ਵੀ ਕਹਿੰਦੇ ਨੇ ਬਾਈ ਖੁਸ਼ ਹੋ ਜਾਂਦਾ ਮੈਂ ਇਹ ਪੁੱਛਣਾ ਚਾਹਨਾ ਵੀ ਤੁਸੀਂ ਵੀ ਮਰਨਾ ਹੈ ਤੁਸੀਂ ਵੀ ਬੁੱਢੇ ਹੋਣਾ ਹੈ ਤੁਹਾਡੇ ਨਾਲ ਵੀ ਇਹ ਕੰਮ ਹੋਣਾ ਹੈ ਕਿਉਂ ਤੁਸੀਂ ਇੱਕ ਦੂਜੇ ਨਾਲ ਲੱਗਦੇ ਹੋ ਕਹਿੰਦੇ ਹੋ ਮੈਂ ਫਿਲਮ ਫਿਰ ਅਵਾਰਡ ਤੇ ਵਿਅਤ ਕੀ ਕ ਜਿੱਥੇ ਮੈਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ ਸੀ ਮੈਂ ਕਹਾਂ ਜੀ ਇੱਕ ਕੰਮ ਛੱਡਦੇ ਹਾਂ ਪੰਜਾਬੀਓ ਸਾਰੇ ਕਿ ਤੁਸੀਂ ਇੱਕ ਦੂਜੇ ਨਾਲ ਲਗਣਾ ਛੱਡਦੇ ਹੋ ਇਕੱਠੇ ਹੋ ਕੇ ਚੱਲੋ ਕਿਉਂਕਿ ਮੇਰਾ ਇਹ ਕੰਮ ਹੈ ਜੇ ਮੇਰਾ ਸਾਥੀ गिर ਗਿਆ ਜੇ ਬੈਣੀਪਾਲ ਜੀ ਗਿਰ ਗਏ ਹਨਾ ਤੇ ਮੈਂ ਬੈਣੀਪਾਲ ਜੀ ਨੂੰ ਹੱਥ ਦੇ ਕੇ ਚੱਕ ਲੈਣਾ ਤੇ ਜੇ ਉਹ ਚੱਲ ਨਹੀਂ ਸਕਦੇ ਨਾ ਮੋਢੇ ਤੇ ਚੱਕ ਲੈਣਾ ਮੇਰਾ ਇਹ ਕੰਮ ਹੈ ਐਸੇ ਕਰਕੇ ਯੋਗਰਾਜ ਸਿੰਘ ਵੱਖਰਾ ਹੈ ਐਸੇ ਕਰਕੇ ਉਹਦੇ ਤੇ ਕਿਰਪਾ ਵੱਖਰੀ ਹੈ ਕਿਉਂਕਿ ਮੈਂ ਹਰੇਕ ਦਾ ਕਰਕੇ ਰਾਜੀ ਹਾਂ ਪਰ ਦੁੱਖ ਇਸ ਗੱਲ ਦਾ ਤੁਸੀਂ ਗੱਲ ਕਰਦੇ ਹੋ ਕਿਸੇ ਦੀ ਮਦਦ ਕਰਨ ਦੀ ਉਹ ਇਹ ਤਾਂ ਤੁਹਾਡੇ ਮੂੰਹ 'ਚ ਰੋਟੀ ਖੋਹ ਲੈਣ ਤੁਹਾਡੀ ਜੇਬ ਚੋਂ ਪੈਸਾ ਕੱਢ ਲੈਣ ਤੇ ਤੁਹਾਨੂੰ ਮੰਗਣ ਲਾ ਦੇਣ ਤੇ ਫਿਰ ਡੱਕ ਨਾ ਪਾਣ ਆਹ ਹਾਲਾ ਸਾਡੇ ਨੇ ਤੇ ਸਰਕਾਰ ਕਰਦੀ ਇਹ ਚ ਕੁਛ ਨਾ ਇਹ ਜੀ ਸਰਕਾਰਾਂ ਨੇ ਕੀ ਕਰਨਾ ਸਰਕਾਰ ਆਪ ਦਾ ਕੁਛ ਨਹੀਂ ਕਰ ਸਕੀ ਸਰਕਾਰ ਦੇਸ਼ ਦਾ ਕੁਛ ਨਹੀਂ ਕਰ ਸਕੀ ਸਰਕਾਰ ਆਪਣੇ ਪੰਜਾਬ ਦਾ ਕੁਛ ਨਹੀਂ ਕਰ ਸਕੀ ਤੁਸੀਂ ਸਰਕਾਰਾਂ ਤੋਂ ਕੀ ਭਾੜਦੇ ਹੋ ਸਰਕਾਰ ਤਾਂ ਇਸ ਕੰਮ 'ਚ ਲੱਗੀ ਹੋਈ ਹੈ ਵੀ 22 ਔਰ 14 ਪੁਸਤਾਂ ਦੀਆਂ ਰੋਟੀਆਂ ਮੈਂ ਤਿਆਰ ਕਰ ਲਾਂ ਜਿਹੜਾ ਮੰਤਰੀ ਜਿਹੜਾ ਸਾਰਾ ਕੁਝ ਮੈਂ ਤਾਂ ਕਿਸੇ ਨੂੰ ਕਰਦੇ ਦੇਖਿਆ ਨਹੀਂ ਅਜੇ ਤੱਕ ਜਿਹੜਾ ਜਾਂਦਾ ਉਹੀ ਕੋਈ ਡਾਕੂ ਹੈ ਕੋਈ ਚੋਰ ਹੈ ਕੋਈ ਲਟੇਰਾ ਮੇਰੀ ਤਾਂ ਨਜ਼ਰ ਇਹ ਕਿ ਕੋਈ ਵੱਡਾ ਕੋ ਛੋਟਾ ਸਾਰੀ ਇੱਕੋ ਜਿਹੀ ਨੇ ਜੀ ਹਾਂ ਕੋਈ ਫਰਕ ਨਹੀਂ ਵੱਡੇ ਛੋਟੇ ਵਾਲੀ ਕਿਹੜੀ ਗੱਲ ਹੈ ਚੋਰ ਦੀ ਪੰਡ ਖੁੱਲ ਗਈ ਲੜ ਪਏ ਮਤਲਬ ਇਹ ਤਾਂ ਤੁਸੀਂ ਜਿਹੜਾ ਬੰਦਾ ਉਹ ਕਹਦਾ ਵੀ ਮੈਂ ਇੱਕ ਵਾਰੀ ਐਮਐਲਏ ਬਣ ਜਾਏ ਇੱਕ ਵਾਰੀ ਮੰਤਰੀ ਬਣ ਜਾਏ ਮੁੜ ਕੇ ਬਾਬਾ ਕੋਈ ਗੱਲ ਆ ਤਾਂ ਸਾਡਾ ਐਟੀਟਿਊਡ ਆ ਅਸੀਂ ਸੋਚਦੇ ਹਾਂ ਇਸੇ ਕਰਕੇ ਹਿੰਦੁਸਤਾਨ ਤੇ ਪੰਜਾਬ ਦਾ ਇਹ ਹਾਲ ਆ ਤੁਹਾਡੇ ਸਾਹਮਣੇ ਇਹ ਤਾਂ ਆਪਾਂ ਅਸੀਂ ਕਰੈਕਟਰ ਅਸੀਂ ਚਰਿੱਤਰ ਨਹੀਂ ਪੈਦਾ ਕਰ ਸਕੇ ਨਹੀਂ ਜੀ ਪੈਦਾ ਆਪਾਂ ਕਰੀਏ ਕਿੱਥੋਂ 3000 ਸਾਲ ਆਪਾਂ ਗੁਲਾਮੀ ਖੱਟੀ ਸ਼ੁਕਰ ਕਰੋ ਗੁਰੂਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਮੁਗਲਾਂ ਤੋਂ ਆਜ਼ਾਦੀ ਦਿਵਾਤੀ ਨਹੀਂ ਤਾਂ ਹੁਣ ਨੂੰ ਇਤਿਹਾਸ ਕੁਝ ਹੋਰ ਹੁੰਦਾ ਆ 60 ਸਾਲ 65 ਸਾਲ ਦੀ ਆਜ਼ਾਦੀ ਚ ਆਪਾਂ ਕੀ ਸਿੱਖਣਾ ਹੈ 100 ਸਾਲ 200 ਸਾਲ ਤੁਸੀਂ ਤੇ ਮੈਂ ਨਹੀਂ ਰਹਿਣਾ ਪਤਾ ਨਹੀਂ ਦੁਨੀਆ ਦਾ ਕੀ ਬਣਨਾ ਪਰ ਮੈਂ ਸਮਝਦਾ ਹਾਂ ਕਿ ਹਿੰਦੁਸਤਾਨ ਨੂੰ 150 200 ਸਾਲ ਹੋਰ ਲੱਗ ਜਾਣਗੇ ਫਿਰ ਤੁਸੀਂ ਚਰਿੱਤਰ ਦੀ ਜਿਹੜੀ ਗੱਲ ਕੀਤੀ ਹੈ ਕੈਰੇਕਟਰ ਦੀ ਕੈਰੇਕਟਰ ਤਾਂ ਉਹਨਾਂ ਦੇ ਸੀ ਜਿਨ੍ਹਾਂ ਨੂੰ ਗੁਰੂ ਥਾਪੜਾ ਦੇ ਕੇ ਬਾਕੀ ਤਾਂ ਇਨੀ ਤੁਰੇ ਪਿੱਛੇ ਜੀ ਦੋਸਤੋ ਇਸ ਵਕਤ ਸਾਡੀ ਗੱਲਬਾਤ ਇੱਕ ਅਹਿਮ ਮੋੜ ਤੇ ਨਹੀਂ ਸਗੋਂ ਕੋਈ ਮੋੜ ਤੇ ਪਹੁੰਚ ਚੁੱਕੀ ਹੈ ਵਾਪਸ ਆ ਕੇ ਵੇਖਦੇ ਹਾਂ ਕੀ ਹੁੰਦਾ ਹੈ If you like this video please subscribe to channel like and share this video ਦੋਸਤੋ ਪ੍ਰਾਈਮਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ ਤੇ ਜੋਗਰਾਜ ਸਿੰਘ ਹੁਰਾਂ ਦੇ ਨਾਲ ਸਾਡੀ ਅੱਜ ਦੀ ਇਹ ਮੁਲਾਕਾਤ ਤੁਸੀਂ ਵੇਖ ਸੁਣ ਰਹੇ ਹੋ ਤੇ ਪ੍ਰੋਗਰਾਮ ਹੁਣ ਆਪਣੀ ਅਗਲੀ ਅਤੇ ਆਖਰੀ ਮੰਜ਼ਲ ਵੱਲ ਵੱਧ ਰਿਹਾ ਹੈ ਤੇ ਇਸ ਸਮੇਂ ਅਸੀਂ ਕੁਝ ਫਟਾਫਟ ਸਵਾਲ ਕਰਾਂਗੇ ਆਪਸ਼ਨ ਵਿੱਚ ਵਿਚਾਰੇ ਕੋਈ ਨਹੀਂ ਹੋਣੀ ਯੋਗਰਾਜ ਸਿੰਘ ਹਰਾਨੂੰ ਪੰਜ ਗਿਣਨ ਤੋਂ ਪਹਿਲਾਂ ਪਹਿਲਾਂ ਹਰ ਸਵਾਲ ਦਾ ਜਵਾਬ ਸਿਰਫ ਤੇ ਸਿਰਫ ਇੱਕੋ ਹੀ ਦੇਣਾ ਹੋਏਗਾ ਵੇਖਦੇ ਹਾਂ ਕਿ ਉਹ ਸਵਾਲਾਂ ਦੇ ਜਵਾਬ ਕਿਹੋ ਜਿਹੇ ਦਿੰਦੇ ਨੇ ਯੋਗਰਾਜ ਸਿੰਘ ਹਰਾਂ ਨੇ ਬਹੁਤ ਲੰਬਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਕਈ ਦਹਾਕੇ ਬੀਤ ਗਏ ਸ਼ਾਨਦਾਰ ਸਫ਼ਰ ਹੈ ਜੀ ਤੁਹਾਡਾ ਹਿੰਦੀ ਫਿਲਮਾਂ ਵਿੱਚ ਵੀ ਪੰਜਾਬੀ ਫਿਲਮਾਂ ਵਿੱਚ ਵੀ ਸਮੇਂ ਦੇ ਹਾਣੀ ਹੋ ਹੋ ਤੁਰੇਓ ਤੇ ਜੇਕਰ ਯੋਗਰਾਜ ਸਿੰਘ ਹੋਰਾਂ ਨੂੰ ਆਮ ਮਾਂ ਮੰਗਤੇ ਇਹ ਗੱਲ ਕਹਿਣੀ ਬੜੀ ਸੁਖਾਲੀ ਰਹੇਗੀ ਕਿ ਮਾਂ ਨੂੰ ਸਾਰੇ ਪੁੱਤਰ ਪਿਆਰੇ ਹੁੰਦੇ ਆ ਪਰ ਭਾਵੇਂ ਹਿੰਦੀ ਫਿਲਮਾਂ ਦੀ ਗੱਲ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਰੋਲ ਤੁਹਾਡੇ ਰੂਹ ਫੂਕ ਕੇ ਤੁਸੀਂ ਕੀਤੇ ਆ ਪੰਜਾਬੀ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਜੇ ਕੋਈ ਕਹੇ ਯੋਗਰਾਜ ਸਿੰਘ ਨੂੰ ਆਪਣੀ ਕਿਹੜੀ ਸਭ ਤੋਂ ਵਧੀਆ ਲੱਗਦੀ ਹੈ ਤਾਂ ਕਿਹੜੀ ਕਹਿਣਗੇ ਗੋਰੀ ਨੂੰ ਦਫਾ ਕਰੋ ਤੇ ਜੇਕਰ ਸਮੁੱਚੀ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤੁਹਾਡੀ ਭਾਵੇਂ ਆਪਣੀ ਨਾਂ ਵੀ ਹੋਵੇ ਇੱਕ ਕਿਹੜੀ ਫਿਲਮ ਹੈ ਜਿਹੜੀ ਤੁਹਾਡੀ ਪਸੰਦੀਦਾ ਮੁਗਲ ਆਜ਼ਮ ਪੰਜਾਬੀ ਚੋਂ ਪੰਜਾਬੀ ਚੋਂ ਮੈਨੂੰ ਕੋਈ ਫਿਲਮ ਅਜ ਤੱਕ ਸ਼ਾਇਦ ਇਹ ਜਿਹੀ ਨਹੀਂ ਲੱਗੀ ਪਰ ਹਾਂ ਲਵ ਪੰਜਾਬ ਹਮ ਅੰਗਰੇਜ਼ ਇੱਕ ਇੱਕ ਰੱਖਣੀ ਹੈ ਲਵ ਪੰਜਾਬ ਹੁਣ ਬਹੁਤ ਸਾਰੇ ਕਲਾਕਾਰ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਹੁਣ ਕਲਾਕਾਰ ਆਗੇ ਗਾਉਣ ਵਾਲੇ ਫਿਲਮਾਂ ਬਣਾਉਣ ਲੱਗ ਗਏ ਸਭ ਤੋਂ ਪਹਿਲਾਂ ਸਵਾਲ ਕੁਇਕ ਕਾਉਂਸਲ ਕੀ ਦੇਣਾ ਚਾਹੋਗੇ ਕਿ ਇਹਨਾਂ ਨੂੰ ਕਲਾਕਾਰੀ ਇਹਨਾਂ ਨੂੰ ਐਕਟਿੰਗ ਆਉਂਦੀ ਹੈ ਜਾਂ ਸਿਰਫ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਲੋਕ ਫਾਲੋ ਕਰਦੇ ਜਿਹੜਾ ਤਾੜੀ ਮਾਰੇ ਉਹ ਸਮਝੋ ਐਕਟਿੰਗ ਆਉਂਦੀ ਹਮ ਤਾਲੀਆਂ ਵਜਦੀਆਂ ਨੇ ਦੇ ਵਿੱਚ ਤਾਲੀਆਂ ਵਜਦੀਆਂ ਐਕਟਿੰਗ ਆਉਂਦੀ ਹੈ ਹੁਣ ਤੁਹਾਡੇ ਪਸੰਦੀ ਦਾ ਹੀਰੋ ਕੌਣ ਹੈ ਅੱਜ ਨਵੇਂ ਮੁੰਡਿਆਂ ਚੋਂ ਪੰਜਾਬੀ ਪੰਜਾਬੀ ਚੋਂ ਮੇਰੇ ਖਿਆਲ ਗਿੱਪੀ ਇੱਕ ਇੱਕ ਜਾਂ ਦਿਲਜੀਤ ਦੇ ਵਿੱਚ ਮੈਂ ਦੋਨੋਂ ਨੂੰ ਕਿਸ ਨੇ ਚੂਜ਼ ਕਰੂਗਾ ਕਿਹਨੂੰ ਕਰੋਗੇ ਇੱਥੇ ਗਿੱਪੀ ਵੀ ਆ ਤੇ ਦਿਲਜੀਤ ਵੀ ਆ ਇੱਕ ਚੁੱਕਣਾ ਤੁਸੀਂ ਮੈਂ ਫੈਸਲਾ ਨਹੀਂ ਕਰ ਸਕਦਾ ਫੈਸਲਾ ਤੁਹਾਡੇ ਤੋਂ ਕਰਵਾਉਣਾ ਹੈ ਦੋਨੋਂ ਦੋਨੋਂ ਮੇਰੇ ਖਿਆਲ ਦਿਲਜੀਤ ਇੱਕ ਮੈਂ ਦਲਜੀਤ ਨੂੰ ਚੂਜ਼ ਕਰਾਂ ਦਲਜੀਤ ਨੂੰ ਬਹੁਤ ਸਾਰੀਆਂ ਲੜਕੀਆਂ ਨੇ ਵੀ ਐਂਡ ਗਿੱਪੀ ਡਾਇਰੈਕਟਰ ਵੀ ਹੈ ਤੇ ਉਹ ਚਿਕਾ ਕੁਆਲਿਟੀਜ਼ ਬਹੁਤ ਕੁਆਲਿਟੀਜ਼ ਗਿੱਪੀ ਚਾਦਾ ਨੇ ਹਾਂ ਕੋਈ ਗਿੱਪੀ ਜ਼ਿਆਦਾ ਫਿਰ ਗਿੱਪੀ ਨੂੰ ਚੂਜ਼ ਕਰੋਗੇ ਮੈਂ ওভারঅল ਦੇਖਿਆ ਜੇ ਤਾਂ ਗਿੱਪੀ ਬਿਕੋਜ਼ ਉਹ ਡਾਇਰੈਕਟਰ ਰਾਈਟਰ ਐਕਟਰ ਗਿੱਪੀ ਨੂੰ ਕਰਾਉਂਦਾ ਹੈ ਤੇ ਪਲੱਸ ਉਹ ਬੰਦਾ ਬੜਾ ਵਧੀਆ ਗਿੱਪੀ ਨੂੰ ਕਰੋ ਐਨੀਵੇਸ ਬਹੁਤ ਸਾਰੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਪੁਰਾਣੀਆਂ ਦੀ ਪਹਿਲਾਂ ਆਪਾਂ ਗੱਲ ਕਰੀਏ ਜਿਹੜੀਆਂ ਤੁਹਾਡੇ ਵਕਤ ਵੀ ਤੁਹਾਡੀਆਂ ਹੀਰੋਇਨ ਬਣਦੀਆਂ ਰਹੀਆਂ ਉਹਨਾਂ ਵੇਲੇਆਂ ਦੇ ਵਿੱਚੋਂ ਕਿਹੜੀ ਪਸੰਦੀਦਾ ਅਦਾਕਾਰ ਹੈ ਤੁਹਾਡੀ ਦਲਜੀਤ ਕਾਰ ਬਹੁਤ ਖੂਬਸੂਰਤ ਨਕ ਹੈ ਨਾ ਉਸਾਸ ਤੇ ਅੱਜ ਦੀਆਂ ਨਵੀਆਂ ਚੋ ਜੀ ਅ ਸਰਗਨ ਮਹਿਤਾ ਬਹੁਤ ਅੱਛੇ ਬਹੁਤ ਸਾਰੇ ਵਿਲਨ ਨੇ ਤੁਹਾਡੇ ਵੀ ਕਈ ਜੜੀ ਬੈਠਦੇ ਰਿਹਾ ਤੁਸੀਂ ਗੱਲ ਕਰਕੇ ਘਟਿਆ ਤੇ ਮੈਨੂੰ ਇਹ ਦੱਸੋ ਜੇ ਅੱਜ ਇੱਕ ਵਿਲਨ ਦੀ ਗੱਲ ਕਰਨੀ ਹੋਵੇ ਯੋਗਰਾਜ ਸਿੰਘ ਨੇ ਆਪ ਨੂੰ ਛੱਡ ਕੇ ਕਿਸੇ ਨੂੰ ਹੋਰ ਚੁਣਨਾ ਹੋਵੇ ਤੁਹਾਡੀ ਫਿਲਮ ਹੋਵੇ ਕਿਹਨੂੰ ਲਾਉਂਗੇ ਸਰਦਾਰ ਸੋਹੀ ਵਾਹ ਜਦੋਂ ਬੋਲਦੇ ਆ ਤਾਂ ਮਰੇ ਹੋਏ ਬੰਦੇ 'ਚ ਜਾਨ ਪਾ ਦਿੰਦੇ ਆ। ਕਿਆ ਬਾਤ। ਬਹੁਤ ਅੱਛੀ ਸ਼ਖਸੀਅਤ ਵੀ ਨੇ। ਹਿੰਦੀ ਫਿਲਮ ਮੁਗਲ-ਏ-აზਮ ਦੀ ਤੁਸੀਂ ਗੱਲ ਕੀਤੀ ਐ। ਹਿੰਦੀ ਦੇ ਵਿੱਚੋਂ ਕਿਹੜਾ ਪਸੰਦੀਦਾ ਅਦਾਕਾਰ ਹੈ? ਇੱਕ। ਦਿਲਪ ਕੁਮਾਰ ਸਾਹਿਬ। ਨਵਿਆਂ 'ਚ ਹੋਇਜ ਕੋਈ? ਨਹੀਂ। ਕੋਈ ਵੀ ਨਹੀਂ। ਨਹੀਂ। ਤੇ ਲੜਕੀਆਂ ਦੀ ਗੱਲ ਕਰੀਏ ਜੇ, ਹੀਰੋਇਨਸ ਨੇੜੀਆਂ। ਮਧੂबाला। ਨਵੀਆਂ 'ਚੋਂ। ਉਹਨਾਂ ਦੇ ਬਰਾਬਰ ਦੀਆਂ ਹੈਂ ਕੋਈ? ਤੁਸੀਂ ਦੇਖਦੇ ਹੋ ਵੈਸੇ ਨਵੀਆਂ ਫਿਲਮਾਂ ਹਿੰਦੀ? ਨਹੀਂ। ਐਸੇ ਕਰਕੇ। ਹੋ ਸਕਦਾ। ਆ ਹਿੰਦੀ ਫਿਲਮਾਂ ਵੀ ਤੁਸੀਂ ਕੀਤੀਆਂ ਨੇ ਕੱਚੇ धागे ਕੀਤੀ ਐ ਭਗ ਮਿਲਖਾ ਬਾ ਕੀਤੀ ਐ ਟਾਈਗਰ ਕੀਤੀ ਐ ਇਹ ਇਹ ਸਫ਼ਰ ਕਿਹੋ ਜਿਹਾ ਸੀ ਉਹਨਾਂ ਵਿੱਚੋਂ ਜੇ ਤੁਹਾਨੂੰ ਪੁੱਛਣਾ ਹੋਵੇ ਹਿੰਦੀ ਵਾਲਾ ਪਾਸਾ ਜਾਂ ਪੰਜਾਬੀ ਵਾਲਾ ਕਿਹੜਾ ਮੇਰਾ ਖਿਆਲ ਦੋ ਬੰਦੇ ਵੀ ਰੀ ਜ਼ਿੰਦਗੀ ਦੇ ਬੜੇ ਐਮ ਨੇ ਮੇਰੀ ਗੱਲ ਦਾ ਵਿਸਤਾਰ ਕਰੋ ਥੋੜੀ ਜੀ ਪਲੀਜ਼ ਜੀ ਜੀ ਵੀਰਿੰਦਰ ਮੈਨੂੰ ਫਿਲਮਾਂ ਚ ਲੈ ਕੇ ਆਇਆ ਸੈਕਿੰਡ ਕਮਿੰਗ ਮੈਨੂੰ ਅਮਨ ਖਟਕਰ ਫਿਲਮਾਂ ਚ ਲੈ ਕੇ ਆਇਆ ਅੱਛਾ ਗੋਰੀਆਂ ਨੂੰ ਦਫਾ ਕਰੋ ਲੱਪ ਪੰਜਾਬ ਇਹ ਅਮਨ ਖਟਕਰ ਦੀ ਦੇਨ ਮੈਂ ਜੇ ਜ ਦੁਬਾਰਾ ਮੈਨੂੰ ਕੋਈ ਪੁੱਛੇ ਕਿ ਵੀ ਅੱਜ ਦੇ ਦੌਰ ਦੇ ਤੈਨੂੰ ਕਰਨ ਵਾਲਾ ਕਾਲਪੁਰਖ ਹੈ ਪਰ ਕੇ ਥਰੂ ਕਰਦਾ ਉਹ ਅਮਨ ਖਟਕਰ ਦੀ ਕ੍ਰिएशन ਹੈ ਯੋਗਰਾਜ ਸਿੰਘ ਜਿਹੜਾ ਦੁਬਾਰਾ ਪੰਜਾਬੀ ਫਿਲਮਾਂ 'ਚ ਆਇਆ ਤੇ ਇਹ ਵੀ ਬੜੀ ਗੱਲ ਹੈ ਕਿ ਉਹ ਮੈਨੂੰ ਬਾਪੂ ਜੀ ਕਹਿੰਦਾ ਤੇ ਮੈਂ ਉਹਨੂੰ ਪੁੱਤ ਕਹਿੰਦਾ ਤੇ ਕਸਮ ਨਾਲ ਉਹ ਉਹ ਪੁੱਤਾਂ ਤੋਂ ਵੱਧ ਗਿਆ ਹੂੰ ਸੋ ਮੈਂ ਸਮਝਦਾ ਕਿ ਆ ਆ ਜਿਹੜੀਆਂ ਚੀਜ਼ਾਂ ਦੁਬਾਰਾ ਸ਼ੁਰੂ ਹੁੰਦੀਆਂ ਨੇ ਸੋ ਕਈ ਵਾਰੀ ਤੁਹਾਡੀ ਮੈਥ ਥਰਡ ਜਨਰੇਸ਼ਨ ਨਾਲ ਕੰਮ ਕਰ ਲੈਂ다 ਠੀਕ ਹੈ ਮਤਲਬ ਪੋਤੇ-ਪੋਤੀਆਂ ਨਾਲ ਕਰ ਰਹੇ ਹਾਂ ਜੀ ਲੋ ਡਾ ਪਰ ਮਨੋ ਤੇ ਲੈਵਲ ਤੇ ਜਾ ਕੇ ਕੰਮ ਕਰਦਾ ਉਹਨਾਂ ਮੈਂ ਨਹੀਂ ਕਹਿੰਦਾ ਵੀ ਉਹ ਮੇਰੇ ਲੈਵਲ ਤੇ ਆਉਣੀਆਂ ਮੈਂ ਕਹਾਂ ਹਾਂ ਜੀ ਸਾਡੇ ਟਾਈਮ ਆ ਹੁੰਦਾ ਸੀ ਪਲਾਨ ਆ ਹੁੰਦਾ ਸੀ ਬਟ ਉਹ ਉਹ ਉਹਨਾਂ ਦੇ ਲੈਵਲ ਤੇ ਮੈਨੂੰ ਜਾਣਾ ਪੈਂਦਾ ਔਰ ਮੈਂ ਬੜਾ ਅਡਜਸਟੇਬਲ ਕੰਮ ਕਰਦਾ ਹੁਣ ਤੁਸੀਂ ਗੱਲ ਉਚੇਚੇ ਤੌਰ ਤੇ ਗੋਰੀਆਂ ਨੂੰ ਦਫਾ ਕਉਦੀ ਕਰ ਲਈ ਉਹ ਜਿਹੜਾ ਤੁਹਾਡਾ ਤੁਰਨਾ ਉਹ ਮੋੜਨਾ ਉਹ ਗੱਲ ਕਰਨੀ ਇਹ ਦੱਸਿਓ ਇਹ ਗੋਡ ਗਿਫਟਡ ਹੈ ਜਾਂ ਕਿਤੋਂ ਇਹ ਸਿੱਖਿਆ ਜੀ ਨਹੀਂ ਨਹੀਂ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਗੁਰੂ ਦੀ ਕਿਰਪਾ ਹੈ ਪਰ ਹਾਂ ਮੈਂ ਕੋਸ਼ਿਸ਼ ਜ਼ਰੂਰ ਕਰਦਾ ਕਿਉਂਕਿ ਗੋਰੇ ਨੂੰ ਦਫਾ ਕਰੋ ਜਦ ਅਮਨ ਨਾਲ ਗੱਲ ਹੋ ਰਹੀ ਸੀ ਜਾਂ ਫਿਲਮ ਬਾਰੇ ਗੱਲ ਚੱਲ ਰਹੀ ਸੀ ਆਈ ਥਿੰਕ ਅਮਨ ਨੇ ਬੜਾ ਸਟੈਂਡ ਲਿਆ ਕਿ ਵੀ ਦਾੜੀ ਪਹਿਲਾਂ ਕਹਿੰਦੀ ਸੀ ਰੱਖਣੀ ਹੈ ਫਿਰ ਇਹ ਗਾਤਰਾ ਪਾਉਣਾ ਹੈ ਤੇ ਮੈਂ ਕਹਿਆ ਸੀ ਵੀ ਮੈਨੂੰ ਥੋੜਾ ਜਿਹਾ ਆਪਣਾ ਪੇਸ਼ ਕਰ ਲੈਣ ਦਿਓ ਫਿਰ ਉਹ ਤੁਰਲਾ ਤਰਲਾ ਬਣ ਕੇ ਤੇ ਮੈਂ ਸਮਝਦਾ ਸੀ ਪੁਰਾਣੇ ਜਿਹੜੇ ਬੁਰੇ ਮੈਂ ਦੇਖੇ ਹੈ ਜਿਹੜੇ ਖਾੜਕੂ ਬੁਰੇ ਹੁੰਦੇ ਜੀ ਜੀ ਉਹ ਫਿਰ ਸੁੰਮੇ ਵਾਲੀ ਠ ਸੂਏ ਕਰਕੇ ਚੱਲਣਾ ਸ਼ਾਇਦ ਇੱਕ ਵਾਰੀ ਇੱਕ ਮੇਰੀ ਚਾਲ ਹੀ ਬਣ ਗਈ ਹੈ ਮੈਂ ਚੱਲਦਾ ਵਾਂ ਐਸੇ ਇਦਾਂ ਸੀ ਪਰ ਕੁਦਰਤੀ ਹੌਲੀ ਹੌਲੀ ਵੀ ਇਹ ਥੋੜੀ ਚਾਲ ਕਹਿੰਦੇ ਮਸਤਾਨੀ ਹੋ ਜਾਂਦੀ ਹੈ ਉਹ ਮਸਤਾਨੀ ਚਾਲ ਚ ਸਵਾਦ ਹੀ ਹੋ ਰਿਹਾ ਡਾਇਲੋਗ ਬਰੋ ਹੁਣ ਤੁਸੀਂ ਹਾਂਡੇ ਹੋਇਓ ਤੁਸੀਂ ਪਰਖੇ ਹੋਇਓ ਲੋਕਾਂ ਦੇ ਤੁਸੀਂ ਵਰਤੇ ਹੋਇਓ ਬਹੁਤ ਸਾਰੇ ਲੋਕਾਂ ਦੇ ਵਰਤੇ ਸ਼ਬਦ ਵਰਤਨੇ ਬਹੁਤ ਵਰਤੇ ਆ ਗਿਆ ਯੋਗਰਾਜ ਸਿੰਘ ਨੂੰ ਯੋਗਰਾਜ ਸਿੰਘ ਨੂੰ ਮੁੱਖ ਰੱਖ ਕੇ ਫਿਲਮਾਂ ਬਣਾਈਆਂ ਪਰ ਫੂ ਕਹਿੰਦੇ ਨਿਕਲ ਗਈ ਜਿਵੇਂ ਕਿਸੇ ਨੇ ਗੋਲ ਮੇਖ ਮਾਰੀ ਹੋਵੇ ਵਿੱਚ ਫਿਲਮਾਂ ਨੇ ਵਾਕਸ ਆਫਸ ਤੇ ਪਾਣੀ ਨਹੀਂ ਮੰਗਿਆ ਯੋਗਰਾ ਸਿੰਘ ਉਹਨਾਂ ਦੀ ਕਦੇ ਕੋਈ ਸਲਾਹ ਲੈਂਦਾ ਹੈ ਜਾਂ ਯੋਗਰਾ ਸਿੰਘ ਦੇ ਉਹਨਾਂ ਨੂੰ ਕਹਿੰਦਾ ਹੈ ਹ ਹੁਣ ਬੀਤੇ ਦਿਨੀ ਇੱਕ ਫਿਲਮ ਆਈ ਐਸੀ ਮੁੱਦੇ ਮੂੰਹ ਡਿਗੀ ਐ ਐਡਾ ਵੱਡਾ ਟਾਈਟਲ ਹੋਵੇ ਤੇ ਉਹਨੇ ਪਾਣੀ ਨਾ ਮੰਗਿਆ ਹੋਵੇ ਜੋਗਰਾ ਸਿੰਘ ਕੀ ਕਹਿਣਾ ਚਾਹੁੰਦਾ ਜੇ ਕਿਸੇ ਨੂੰ ਮਸਲਾ ਦੇਣ ਲੱਗ ਜਵਾ ਤਾਂ ਲੋਕੀ ਕਹਿੰਦੇ ਨੇ ਜੀ ਇਹ ਵਿੱਚ ਸਾਡੇ ਬਹੁਤ ਦਖਲੰਦਾਜੀ ਕਰਦਾ ਇਹ ਜੀ ਬੋਲਦਾ ਬੜਾ ਇਹ ਫੁਲਾਨਾ ਬਹੁਤ ਕਰਦਾ ਮੈਂ ਫਿਰ ਇਹ ਸੋਚ ਲਿਆ ਵੀ ਹੁਣ ਆਪਣਾ ਕੰਮ ਕਰਕੇ ਤੇ ਪਾਸੇ ਹੋ ਜਾਵਾਂ ਲੇਕਿਨ ਹੁਣ ਮੈਂ ਦੁਬਾਰਾ ਇੱਕ ਸਲਾਹ ਬਣਾਈ ਹੈ ਕਿ ਭਾਵੇਂ ਹੁਣ ਸਾਲ ਦੀਆਂ ਮੈਂ ਦੋ ਫਿਲਮਾਂ ਕਰਾਂ ਤੇ ਭਾਵੇਂ ਕਰਾਂ ਤਿੰਨ ਤੇ ਭਾਵੇਂ ਕਰਾਂ ਇੱਕ ਪਰ ਕਰੂੰਗਾ ਹੁਣ ਟਕਾ ਕੇ ਤੇ ਕਰੂੰਗਾ ਆਪਣੀ ਮਰਜ਼ੀ ਦੇ ਨਾਲ ਲੇਕਿਨ ਕੁਝ ਲੋਕ ਐਸੇ ਹੈ ਜੀ ਜਿਸ ਜਿੰਨਾ ਲੋਕਾਂ ਦੇ ਨਾਲ ਮੈਂ ਬਲਾਈਂਡਲੀ ਕੰਮ ਕਰਨਾ ਚਾਹੁੰਦਾ ਜਿਵੇਂ ਗਿੱਪੀ ਹੈ ਹੈ ਫਿਲਮ ਬਣਾਉਂਦਾ ਹੈ ਡਾਇਰੈਕਟਰ ਹੈ ਜਾਂ ਜਾਂ ਹੋਰ ਕੋਈ ਐਜ਼ ਅ ਮਵਾਜ਼ੇ ਸਾਡੇ ਡਾਇਰੈਕਟਰ ਰਾਈਟਰਸ ਨੇ ਸੋ ਆਈ ਥਿੰਕ ਡਿਪੈਂਡ ਕਰਦਾ ਕਿ ਕੌਣ ਮੈਨੂੰ ਕਿੰਨਾ ਕੁ ਯੂਜ਼ ਕਰਦਾ ਜੇ ਯੋਗਰਾਜ ਸਿੰਘ ਨੂੰ ਲੈ ਕੇ ਤੁਸੀਂ ਇਸਤੇਮਾਲ ਹੀ ਨਹੀਂ ਕਰਨਾ ਤੇ ਉਹਦੇ ਨਾਲ ਹੀ ਫਿਲਮ ਦਾ ਸਿਰਫ ਇੱਕ ਟਾਈਟਲ ਹੀ ਰੱਖਣਾ ਤੇ ਫਿਰ ਇਹ ਨੁਕਸਾਨ ਤੁਹਾਡਾ ਹੈ ਮੇਰਾ ਤੇ ਨਹੀਂ ਪਰ ਯੋਗਰਾਜ ਸਿੰਘ ਨੂੰ ਉਸ ਵਕਤ ਦੌਰਾਨ ਜਦੋਂ ਉਹ ਸ਼ੂਟਿੰਗ ਕਰ ਰਿਹਾ ਹੁੰਦਾ ਉਹ ਸਟੋਰੀ ਪੜ ਰਿਹਾ ਹੁੰਦਾ ਇਲਮ ਹੋ ਜਾਂਦਾ ਜੀ ਇਹ ਮੁੱਦੇ ਮੁੱਦੇ ਕਰਨ ਵਾਲੀ ਹੈ हां बिल्कुल मदस्या भी है पहले भी किया ग्रेड सरदार बारे में मैं गल कीती थी मैं कह फिल्म ने पानी नहीं मंगणा क्योंकि ਤੁਸੀਂ ਯੋਗਰਾਜ ਸਿੰਘ ਨੂੰ ਸਿਰਫ ਉਹ ਚਾਰ ਫਰੇਮਾਂ ਚ ਯੂਜ਼ ਕੀਤਾ ਤੇ ਬਾਕੀ ਤੁਸੀਂ ਸਾਰੇ ਮੈਂ ਇਕੱਠੇ ਕਰਕੇ ਮੈਂ ਇਕ ਪ੍ਰੋਡਿਊਸਰ ਦੇ ਪੈਸੇ ਖਾਦੇ ਆ ਟੋਪੀਆਂ ਕਮਾ ਕੇ ਇਥੇ ਉਹ ਬੜੇ ਨੇ ਜਿਹੜੇ ਟੋਪੀਆਂ ਕਮਾ ਕੇ ਪ੍ਰੋਡਿਊਸਰਾਂ ਦੇ ਪੈਸੇ ਖਾਂਦੇ ਨੇ ਤੇ ਫਿਲਮ ਬਣਾ ਦਿੰਦੇ ਨੇ ਇਹ ਅਣਗਿਣਤ ਨੇ ਲੇਕਿਨ ਐਜ਼ ਐਨ ਐਕਟਰ ਜਦ ਮੈਂ ਕੰਮ ਕਰਦਾ ਔਰ ਸਕਰੀਨ ਤੇ ਆਪਣ ਨੂੰ ਦੇਖਦਾ ਮੈਨੂੰ ਗੁੱਸਾ ਬਹੁਤ ਆਉਂਦਾ ਇਹ ਗ੍ਰੇਡ ਸਰਦਾਰ ਦੇਖਣ ਤੋਂ ਬਾਅਦ ਮੇਰੇ ਘਰ ਦੇ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਤੇ ਲੋਕਾਂ ਨੇ ਮੈਨੂੰ ਸਵਾਲ ਪੁੱਛੇ ਮੈਂ ਕਿਹਾ ਵੀ ਕਸੂਰ ਕਸੂਰ ਉਹ ਡਾਇਰੈਕਟਰ ਦਾ ਤੇ ਰਾਈਟਰ ਦਾ ਉਹਨਾਂ ਨੂੰ ਜਿੱਥੇ ਮਰਜ਼ੀ ਟਾ ਲੋ ਮੈਨੂੰ ਨਾ ਕਹੋ ਉਹ ਕਹਿੰਦੇ ਯੋਗਰਾਜੀ ਅੱਗੇ ਤੋਂ ਤੁਸੀਂ ਸਕ੍ਰਿਪਟ ਪੜ੍ਹ ਕੇ ਕੰਮ ਕਰਨਾ ਇਹ ਸਾਡੀ ਬੇਨਤੀ ਇਹ ਲੋਕਾਂ ਦੀ ਆਵਾਜ਼ ਹੈ ਔਰ ਮੈਂ ਜ਼ਰੂਰ ਇਦਾਂ ਹੀ ਕਰਾਂਗਾ ਯੋਗਰਾ ਸਿੰਘ ਉਹ ਰੀ ਗੀਟਸਨ ਗੀਤ ਦੇ ਵੀ ਸ਼ੌਕੀਨ ਹਨ ਜਾਣੇ ਹਾਂਜੀ ਮੈਂ ਬਾਣੀ ਸੁਣਨ ਦਾ ਬਹੁਤ ਸ਼ੌਕੀਨ ਹਾਂ ਮੈਂ ਸ਼ੁਰੂ ਤੋਂ ਹੀ ਬਾਣੀ ਸੁਣਦਾ ਰਿਹਾ ਸ਼ੁਰੂ ਤੋਂ ਹੀ ਮਹਾਰਾਜ ਦੇ ਵਿੱਚ ਲੜ ਲੱਗਿਆ ਰਾ ਪਾਠ ਕਰਨ ਦਾ ਮੈਨੂੰ ਬੜਾ ਸ਼ੌਕ ਹੈ ਮੈਨੂੰ ਜਰਨਲਾਂ ਦੀਆਂ ਗਾਥਾਂ ਸੁਣਨੀਆਂ ਆਰੀ ਸਿੰਘ ਨਾਲ ਹੋਰ ਅਗੀਆਂ ਗੱਲਾਂ ਸੁਣਨੀਆਂ ਜਾਂ ਉਹ 뮤직 ਸੁਣਨਾ ਜਿਹਦੇ ਨਾਲ ਅਸਲੀਅਤ ਦਾ ਪਤਾ ਲੱਗਦਾ ਹੈ ਪੰਜਾਬ ਦੀ ਅਸਲੀ ਵੈਸੇ ਦਾ ਪਤਾ ਲੱਗਦਾ ਉਹਦਾ ਬੜਾ ਮੈਨੂੰ ਸ਼ੌਕ ਹੈ ਕੋਈ ਇਸ ਤਰ੍ਹਾਂ ਦਾ ਪ੍ਰੋਡਿਊਸਰ ਡਾਇਰੈਕਟਰ ਕੋਈ ਰਾਈਟਰ ਕਦੇ ਤਲਾਸ਼ ਵਿੱਚ ਹਾਂ ਜਿਸ ਨਾਲ ਤੁਸੀਂ ਗੱਲਾਂ ਕਰਦੇ ਹੋ ਜੋ ਸ਼ੀਲੀਆਂ ਹੁੰਦੀ ਨੇ ਹਰੀ ਸਿੰਘ ਨਲੂਆ ਤੁਹਾਡੀ ਜ਼ੁਬਾਨ ਤੇ ਰਹਿੰਦਾ ਸ਼ਹੀਦ ਬਾਬਾ ਦੀਪ ਸਿੰਘ ਤੁਹਾਡੀ ਜ਼ੁਬਾਨ ਤੇ ਰਹਿੰਦੇ ਆ ਕਿ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਨੂੰ ਮਿਲੇ ਕਦੇ ਸੋਚਦੇ ਹੋ ਮੈਂ ਗੁਰੂ ਅਗੇ ਅਰਦਾਸ ਹੈ ਵੀ ਜਦ ਵੀ ਮੈਂ ਜਾਵਾਂ ਪਹਿਲੀ ਗੱਲ ਤਾਂ ਮੈਂ ਸਜਿਆ ਸਿੰਘ ਹੋਵਾਂ ਮੈਨੂੰ ਮਹਾਰਾਜ ਜੀ ਨੇ ਕਿਰਪਾ ਕਰਿਓ ਔਰ ਦੂਜੀ ਗੱਲ ਇਹ ਹੈ ਕਿ ਮੈਂ ਇਹ ਵੀ ਚਾਹੁੰਨਾ ਮੇਰੀ ਇਹ ਇੱਛਾ ਹੈ ਕਿ ਮੈਂ ਆਪਣੀ ਕੌਮ ਬਾਰੇ ਫਿਲਮਾਂ ਬਣਾ ਸਕਾਂ ਇਹੋ ਜਿਹੀ ਫਿਲਮਾਂ ਬਣਾ ਸਕਾਂ ਜਿਹੜੀਆਂ ਲੋਕਾਂ ਨੂੰ ਸਿੱਖਿਆ ਦੇ ਸਕੇ ਆਉਣ ਵਾਲੀ ਨਸਲਾਂ ਨੂੰ ਠੀਕ ਕਰ ਸਕੇ ਸੋ ਦ੍ਰਿੜਤਾ ਤੇ ਜਿਹੜੀ ਸੋਚ ਹੈ ਉਹ ਹਮੇਸ਼ਾ ਬੰਦੇ ਦੀ ਰਹਿਣੀ ਚਾਹੀਦੀ ਹੈ ਤੇ ਕਰਨ ਵਾਲਾ ਕਾਲ ਫੁਰਕਾ ਹੁੰਦਾ ਉਹੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸਬ ਉਹ ਹੁਕਮ ਰਵਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਿੱਦਨ ਹੁਕਮ ਹੋਇਆ ਉਸ ਦਿਨ ਫਿਰ ਬਹੁਤ ਵੱਡਾ ਕੰਮ ਕੋ ਵੀ ਸਕਦਾ ਯੋਗਰਾ ਸਿੰਘ ਜੀ ਗੱਲਾਂ ਬਾਤਾਂ ਕਰਦਿਆਂ ਕੰਟਾ ਲਗ ਪਗ ਆਪਣਾ ਬੀਤ ਚੁੱਕਿਆ ਹੈ ਅਖੀਰ ਦੇ ਵਿੱਚ ਤੁਹਾਨੂੰ ਮੁਹੱਬਤ ਕਰਨ ਵਾਲੇ ਲੋਕਾਂ ਦਾ ਕੋਈ ਅੰਤ ਨਹੀਂ ਹੈ ਦੁਨੀਆ ਦੇ ਜਿਹੜੇ ਕੋਨੇ ਵੀ ਪੰਜਾਬੀ ਵਸਤੇ ਨੇ ਉਹ ਜੋਗਰਾਜ ਸਿੰਘ ਦੀ ਆਵਾਜ਼ ਦੇ ਅੰਦਾਜ਼ ਦੇ ਤੁਹਾਡੀ ਅਦਾਕਾਰੀ ਦੇ ਕਾਇਲ ਨੇ ਤੁਹਾਡੇ ਫੈਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੇ ਪੰਜਾਬੀ ਇੰਡਸਟਰੀ ਦਾ ਭੁਖ ਕਿੱਥੇ ਖੜਾ ਵੇਖ ਰਹੇ ਹੋ ਇਸ ਵੇਲੇ ਮੈਂ ਇੱਕੋ ਗੱਲ ਕਹਿਣਾ ਪਹਿਲੇ ਤੁਹਾਡਾ ਜਿਹੜਾ ਸਵਾਲ ਹੈ ਉਹ ਹੈ ਵੀ ਜਿਸ ਬੰਦੇ ਨੇ ਆਪਣੇ ਪਿਓ ਦੀ ਉਂਗਲ ਫੜੀ ਹੈ ਉਹ ਇਸ ਦੁਨੀਆ ਦੇ ਮੇਲੇ 'ਚ ਕਦੇ ਗਵਾਜਦਾ ਨਹੀਂ ਔਰ ਪਿਓ ਹੈਗਾ ਅਕਾਲਪੁਰਖ ਮਹਾਰਾਜ ਜਿਹੜਾ ਬੰਦਾ ਰੱਬ ਦੇ ਲੜ ਲੱਗਿਆ ਹੈ ਆराधना ਕਰਦਾ ਹੈ ਸੱਚੇ ਸੁੱਚੇ ਰਾਹ ਤੇ ਚੱਲਦਾ ਹੈ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਇਸ ਮੇਲੇ ਚ ਕੁਆਚਦਾ ਨਹੀਂ ਇਹ ਹੈ ਪਹਿਲੀ ਗੱਲ ਤੇ ਦੂਜਾ ਸਵਾਲ ਤੁਸੀਂ ਕੀ ਪੁੱਛਿਆ ਸੀ ਕਿ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਇੱਕ ਮੈਂ ਸਮਝਦਾ ਕਿ ਪੰਜਾਬੀ ਫਿਲਮ ਇੰਡਸਟਰੀ ਕੋਈ ਇਸ ਤਰ੍ਹਾਂ ਦਾ ਦੌਰ ਆ ਗਿਆ ਹੈ ਕਿ ਹਰ ਹਫ਼ਤੇ ਹੀ ਫਿਲਮ ਰਿਲੀਜ਼ ਹੋ ਰਹੀ ਹੈ ਮਤਲਬ ਸਾਲ ਦੀਆਂ 30-35 ਫਿਲਮਾਂ ਮੇਰਾ ਖਿਆਲ ਆਪਾਂ ਨੂੰ ਕੁਆਲਿਟੀ ਇਹ ਚੰਗਾ ਹੈ ਜਾਂ ਮਾੜਾ ਹੈ ਨਹੀਂ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਕੁਆਲਿਟੀ ਵੱਲ ਧਿਆਨ ਦੇਣਾ ਚਾਹੀਦਾ ਹੈ ਕੁਆਂਟੀਟੀ ਵੱਲ ਨਹੀਂ ਤੁਸੀਂ ਗੋਰਿਆਂ ਨੂੰ ਦਫਾ ਕਰੋ ਫਿਲਮ ਬਣੀ ਠੀਕ ਹੈ ਗੋਰਿਆਂ ਨੂੰ ਦਫਾ ਕਰਨ ਤੋਂ ਬਾਅਦ ਉਹ ਫਿਲਮ ਚੱਲੀ ਹਿੱਟ ਹੋਈ ਫਿਰ ਇੱਕ ਬੜਾ ਬਿਊਟੀਫੁਲ ਸਬਜੈਕਟ ਲਿਖਿਆ ਗਿਆ ਅੰਗਰੇਜ਼ ਉਹਦੇ ਉੱਤੇ ਕੰਮ ਹੋਇਆ 1 ਸਾਲ ਕੰਮ ਹੋਇਆ ਫਿਰ ਉਹ ਫਿਲਮ ਬਣੀ ਫਿਰ ਉਹ ਫਿਲਮ ਚਲੀ ਫਿਰ ਲਵ ਪੰਜਾਬ ਫਿਲਮ ਬਣੀ ਉਹਦੇ ਤੇ ਕੰਮ ਹੋਇਆ ਮਤਲਬ ਤੁਸੀਂ ਦੇਖਿਆ ਜਾਏ ਤਾਂ ਇੱਕ ਕ੍ਰिएशन ਸਾਰੀ ਅਮਨ ਖਟਕਰ ਦੀਆਂ ਨੇ ਬੇਸਿਕਲੀ ਕਿਉਂਕਿ ਮੈਨੂੰ ਪਤਾ ਹੈ ਯਾ ਬੰਬੂ ਕਾਰਟ ਇਹ ਵੀ ਇਹ ਵੀ ਉਹਨਾਂ ਦੀ ਹੀ ਕ੍ਰिएशन ਹੈ ਸੋ ਮੈਂ ਸਮਝਦਾ ਕਿ ਇਹੋ ਜੀਆਂ ਫਿਲਮਾਂ ਤੇ ਕਾਫੀ ਧੀਰ ਕੰਮ ਹੋਣਾ ਚਾਹੀਦਾ ਇੱਕ ਮੁਆਜ਼ਜ਼ਮ ਆਦਮੀ ਜਿਹੜਾ ਸੀਗਾ ਜਿਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦੁਬਾਰਾ ਖੜਾ ਕੀਤਾ ਨਵਾਂ ਮੋੜ ਦੇ ਦਿੱਤਾ ਨਵਾਂ ਮੋੜ ਦਿੱਤਾ ਜਿਸ ਬੰਦੇ ਨੇ ਅ ਅਮਨ ਖਟਕਰ ਪ੍ਰੋਡਿਊਸਰ ਵੀ ਸੀ ਉਹ ਮਿਰਜ਼ਾ ਫਿਲਮ ਜਿਹੜੀ ਬਣੀ ਸੀ ਸੋ ਆਈ ਪੂਰਨਤਾ ਸੋ ਇਹੋ ਜੇ ਇਨਸਾਨ ਕੋਲ ਆਈ ਥਿੰਕ ਐਡਵਾਈਸ ਲੈਣਾ ਜਾਂ ਉਹਦੇ ਕੋਲ ਚੀਜ਼ ਕਰਨੀ ਕੋਈ ਹੁਣ ਅਸੀਂ ਪਿੱਛੇ ਜੇ ਬੈਠੇ ਸੀ ਪਰਸੋਂ ਸਾਡੀ ਗੱਲ ਚੱਲ ਰਹੀ ਸੀ ਉਹ ਮੈਨੂੰ ਸਬਜੈਕਟ ਸੁਣਾ ਰਹੇ ਸੀ ਕਿ ਇੱਥੇ ਬਜ਼ੁਰਗਾਂ ਦਾ ਕਿਵੇਂ ਬੜੀ ਬਿਊਟੀਫੁਲ ਸਟੋਰੀ ਸੀ ਆਈ ਥਿੰਕ ਸਟੋਰੀ ਤੇ ਕੰਮ ਹੋਣਾ ਚਾਹੀਦਾ ਔਰ ਉਹ ਮਾਜ਼ੂਰ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਜਿਹੜੇ ਨਾਲੋਂ ਕੰਮ ਆਉਂਦਾ ਹੁੰਦਾ ਹੋਵੇ ਮੈਂ ਇੱਕ ਇਹ ਸਾਬ ਲਫਜ਼ ਕਹਿ ਦੇਣਾ ਚਾਹੁੰਨਾ ਔਰ ਅਮਨ ਖਟਕਰ ਜੀ ਨੂੰ ਅਪੀਲ ਕਰਨਾ ਚਾਹੁੰਨਾ ਆਰਡਰ ਵੀ ਕਰਦਾ ਐਜ਼ ਅ ਬਾਪੂ ਕਿਉਂਕਿ ਮੇਨੂੰ ਮੇਰਾ ਪੋਤਾ ਹੈ ਕਿ ਭਾਈ ਬਹੁਤ ਜ਼ਰੂਰੀ ਹੈ ਆ ਤੇਰੇ ਵਾਸਤੇ ਕਿ ਇੰਡਸਟਰੀ ਨੂੰ ਖੜਾ ਕਰਨ ਲਈ ਦੁਬਾਰਾ ਆਪ ਦਾ ਜਿਹੜਾ ਹਸਾਬਕਤਾ ਵਾ ਫਿੱਟ ਕਰੂ ਨਾਲੇ ਸਾਡਾ ਕਿਤੇ ਥੋੜਾ ਬਹੁਤਾ ਅਸਰ ਫਟ ਹੋ ਜਾਂਦਾ ਚਲੋ ਮੇਰਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੀ ਨਹੀਂ ਮਾਪਦੀ ਗੱਲ ਹਾਂ ਤੇ ਚਲੋ ਤੁਸੀਂ ਤਾਂ ਫੈਸੇ ਵੀ ਮੁਆਜ਼ੇ ਬੰਦੇ ਹੋ ਬਟ ਉਹ ਇੱਕ ਫੈਕਟ ਹੈ ਇਹ ਨਹੀਂ ਮੈਂ ਕਹਿ ਰਿਹਾ ਕਿਉਂਕਿ ਉਹ ਮੇਰਾ ਉਹਦਾ ਕੋਈ ਰਿਸ਼ਤਾ ਹੈ ਇਹ ਪੁਰਾਣਾ ਰਿਸ਼ਤਾ ਬਟ ਇਹ ਮੈਂ ਇੱਕ ਦਿਨ ਵੀ ਕਿਹਾ ਸੀ ਸਾਰਿਆਂ ਨੂੰ ਕਿਹਾ ਮੈਂ ਜਿੰਨੇ ਪ੍ਰੋਡਿਊਸਰ ਜਾਂ ਸਾਰੇ ਐਕਟਰ ਮੈਂ ਅਮਰਿੰਦਰ ਤੱਕ ਨੂੰ ਇਹ ਗੱਲ ਕਹੀ ਮੈਂ ਅੱਜ ਫੇਰ ਬੁਲੰਦ ਆਵਾਜ਼ ਚ ਕਹਿਣਾ ਵੀ ਤੁਸੀਂ ਉਸ ਬੰਦੇ ਨੂੰ ਲੈ ਕੇ ਆਓ ਜਿਸ ਬੰਦੇ ਦੇ ਮੋਢਿਆਂ ਤੇ ਤੁਸੀਂ ਉੱਠ ਕੇ ਪੰਜਾਬੀ ਫਿਲਮ ਇੰਡਸਟਰੀ ਨੂੰ ਸਾਰੇ ਖੜਾ ਕੀਤਾ ਇੱਕ ਮੁੱਢੋਂ ਹੁੰਦਾ ਆਲੇ ਦੁਆਲੇ ਹੁੰਦੇ ਤੇ ਮੈਂ ਸਮਝਦਾ ਤੁਸੀਂ ਉਹਨਾਂ ਗੱਜਰ ਮਰਜੀ ਅਮਨ ਨਾਲ ਗੱਲ ਕਰ ਲਓ ਤੁਸੀਂ ਕਿਸੇ ਪਿਕਚਰ ਦੀ ਗੱਲ ਕਰ ਲਓ ਸਬਜਰ ਦੀ ਗੱਲ ਕਰ ਰਿਹਾ ਐਸੀ ਡੈਪਥ ਹੈ ਉਸ ਬੰਦੇ ਦੇ ਵਿੱਚ ਕਿ ਉਹ ਜਿਹੜੀ ਫਿਲਮ ਨੂੰ ਕਹਿ ਦੂਗਾ ਨਾ ਵੀ ਚੱਲੂਗੀ ਤਾਂ ਚੱਲੂਗੀ ਤੁਸੀਂ ਦੇਖੋ ਅਰਦਾਸ ਫਿਲਮ ਸੀ ਅਮਨ ਦੀ ਚੋਇਸ ਸੀ ਅਰਦਾਸ ਫਿਲਮ ਲੱ ਪੰਜਾਬ ਦੇ ਬਰਾਬਰ ਲਾਈ ਹਾਲਾਂਕਿ ਲੱ ਪੰਜਾਬ ਵਾਲੇ ਨੂੰ ਫਿਲਮ ਅਰਦਾਸ ਦੇ ਬਰਾਬਰ ਲਾਉਣੀ ਨਹੀਂ ਸੀ ਚਾਹੀਦੀ ਦੋਨੋਂ ਫਿਲਮਾਂ ਸੀ ਔਰ ਦੋਨੋਂ ਫਿਲਮਾਂ ਦਾ ਕ੍ਰੀਏਟਿਵ ਕੌਣ ਸੀ ਅਮਨ ਖਟਕਰ ਔਰ ਦੋਨੋਂ ਫਿਲਮਾਂ ਹੀ ਸੁਪਰ ਡੁਪਰ ਹਿੱਟ ਹੋਈਆਂ ਸੋ ਆਈ ਥਿੰਕ ਬੜਾ ਜ਼ਰੂਰੀ ਹੈ ਬੀਆ ਚੋਪੜਾ ਸੀ ਕਿਉਂ ਡਿਫਰੈਂਟ ਸੀ ਜਾਂ ਸਿੱਧੀ ਸਮਝ ਸੀ ਕਿਉਂ ਲੱਗਦੀ ਸਮਝ ਸੀ ਸਬਜੈਕਟ ਨੂੰ ਲਿਖਦੇ ਸੀ ਬਣਾਉਂਦੇ ਸੀ ਸੋ ਮੈਂ ਸਮਝਦਾ ਉਹਨਾਂ ਦਾ ਫਿਲਮ ਇੰਡਸਟਰੀ ਚ ਆਉਣਾ ਦੁਬਾਰਾ ਉਹਨਾਂ ਨਾਲ ਬੈਠਣ ਸਾਰੇ ਸੂਝ ਬੂਰ ਮੈਂ ਜਿੰਨੇ ਵੀ ਪ੍ਰੋਡਿਊਸਰ ਹੁੰਦੇ ਆ ਉਹਨੇ ਕੋਈ ਗੱਲ ਕਹਿੰਦਾ ਵੀ ਜੇ ਤੁਸੀਂ ਫਿਲਮ ਚਲਾਉਣੀ ਹੈ ਅਮਨ ਨਾਲ ਪਹਿਲਾਂ ਡਿਸਕਸ ਕਰ ਲਓ ਕਿਉਂਕਿ ਮੈਂ ਜੇ ਜ਼ਿੰਦਗੀ ਚ ਆਪਣਾ ਰੋਲ ਕਦੇ ਡਿਸਕਸ ਕਰਨ ਹਮੇਸ਼ਾ ਫੋਨ ਤੇ ਉਹਨੂੰ ਕਹਿਣਾ ਹੁੰਦਾ ਕਿ ਮੈਂ ਮਨ ਜਿਹੜਾ ਆ ਕਰ ਲਗਿਆ ਉਹ ਮੈਨੂੰ ਇਹ ਸ਼ੈ ਕਹਿੰਦਾ ਵਾਪਸ ਹੀ ਦੇਖ ਲਿਓ ਗੱਲਾਂ ਕੰਮ ਹੀ ਨਾ ਕਰੋ ਪਰ ਸਟੋਰੀ ਜਰੂਰ ਸੁਣ ਲਿਆ ਬਹੁਤ ਅੱਛੀ ਗੱਲ ਵੀਰ ਯਾਰ ਨਾਲ ਡਿਸਕਸ਼ਨ ਹੁੰਦੀ ਰਹਿੰਦੀ ਹੈ ਮੈਂ ਅੱਜ ਦੇ ਤੌਰ ਤੇ ਕੱਲ ਨੂੰ ਵੀ ਜਾਦੀ ਫਿਲਮ 'ਚ ਕੰਮ ਕਰੂੰਗਾ ਜਾਂ ਜਦ ਫਿਲਮ ਬਣੂਗੀ ਜਾਂ ਅਮਨ ਬਣਾਊਗਾ ਤਾਂ ਪਹਿਲਾਂ ਡਿਸਕਸ ਜ਼ਰੂਰ ਹੋ ਜਾਵੇਗਾ ਤੇ ਆਪਾਂ ਵੀ ਕਰਾਂਗੇ ਜੀ ਕਿਉਂਕਿ ਰੋਲ ਆਪਣੇ ਦੋਨਾਂ ਦੇ ਹੋਣਿਆਂ ਵਿੱਚ ਮੈਂ ਕਿਹਾ ਜੀ ਤੁਸੀਂ ਆਓ ਜੀ ਆਇਆਂ ਨੂੰ ਜੀ ਬੜੀ ਖੁਸ਼ੀ ਹੋਈ ਹੈ ਮਿਲ ਕੇ ਗੱਲਾਂ ਬਾਤਾਂ ਕਰਦਿਆਂ ਜੀ ਸਵਾਦ ਬਹੁਤ ਆਇਆ ਪਤਾ ਨਹੀਂ ਲੱਗਿਆ ਕਿ ਸਮਾਂ ਕਦੋਂ ਬੀਤ ਗਿਆ ਸਾਡੀਆਂ ਸ਼ੁਭ ਇਸ਼ਾਮਾਂ ਤੁਹਾਡੇ ਨਾਲ ਨੇ ਤੇ ਅਸ਼ੀਰਵਾਦ ਸਾਡੇ ਉੱਤੇ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰ ਚਿਹਰੇ ਤੇ ਅਦਾਕਾਰ ਬੁਲੰਦ ਆਵਾਜ਼ ਅਤੇ ਅੰਦਾਜ਼ ਦੇ ਬਾਲਕ ਯੋਗਰਾਜ ਸਿੰਘ ਉਮੀਦ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਪ੍ਰੋਗਰਾਮ ਪ੍ਰਤੀ ਪ੍ਰੋਗਰਾਮ ਦੇ ਮੁਤਲਕ ਤੁਹਾਡੀ ਕੋਈ رائے ਹੋਵੇ ਕੋਈ ਗਿਲਾ ਕੋਈ ਸ਼ਿਕਵਾ ਕੋਈ ਸ਼ਿਕਾਇਤਾਂ ਹੋਣ ਲਿਖ ਭੇਜਿਓ ਖਿੜੇ ਮੱਥੇ ਪਰਵਾਨ ਹੋਣਗੀਆਂ ਅੱਜ ਦੇ ਸਮੇਂ ਦੀ ਸਮਾਪਤੀ ਹੋਣ ਜਾ ਰਹੀ ਹੈ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਨਾ ਹੈ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਕੱਲ ਫਿਰ ਕਿਸੇ ਨਵੇਂ ਅਤੇ ਨਵੇਂ ਕਲੀਪ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ ਉਦੋਂ ਤੱਕ ਦਵਿੰਦਰ ਸਿੰਘ ਬੈਣੀਪਾਲ ਨੂੰ ਤੁਸੀਂ ਵੀ ਉਡੀਕਿਓ ਤੇ ਮੈਂ ਮੈਂ ਵੀ ਕੁਝ ਇਸ ਤਰ੍ਹਾਂ ਕਰਾਂਗਾ Satrikal. -ra if you like this video, please subscribe to the channel, like and share this video.